ਮਿੱਤਰਾਂ ਪਿਆਰਿਆਂ ਨੂੰ, ਚੰਨ ਅਤੇ ਸਿਤਾਰਿਆਂ ਨੂੰ ਅਤੇ ਜਸ ਪੰਜਾਬੀ ਦੇਖਣ ਵਾਲੇ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਜਾਣੀ ਕਿ ਜਗਤਾਰ ਸਿੰਘ ਜੱਗੀ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਅੱਜ ਦਾ ਇਹ ਪ੍ਰੋਗਰਾਮ ਇਸ ਕਰਕੇ ਕਿ ਅੱਜ ਰਿਕਾਰਡਡ ਪ੍ਰੋਗਰਾਮ ਤੁਹਾਡੇ ਰੂਬਰੂ ਕਰ ਰਹੇ ਹਾਂ, ਬਾਕੀ ਗੱਲਾਂ ਬਾਤਾਂ ਜਿਹੜੀਆਂ ਸਾਂਝੀਆਂ ਕਰੀਦੀਆਂ ਤੁਹਾਡੇ ਨਾਲ ਉਹ ਅੱਜ ਵੀ ਕਰਾਂਗੇ। ਬਸ ਫਰਕ ਇੰਨਾ ਰਹੇਗਾ ਵੀ ਅੱਜ ਕਾਲਾਂ ਸਿਲਸਿਲਾ ਜਿਹੜਾ ਉਹ ਨਹੀਂ ਹੋਏਗਾ। ਸੋ ਪਰ ਫਿਰ ਵੀ ਕੋਸ਼ਿਸ਼ ਪੂਰੀ ਹੋਏਗੀ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਵੀ ਹਰ ਤਰ੍ਹਾਂ ਦਾ ਰੰਗ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰੀਏ। ਸੋ ਜਿਹੜਾ ਪਹਿਲਾ ਰੰਗ ਹੁੰਦਾ ਅੱਜ ਦੇ ਪ੍ਰੋਗਰਾਮ ਦੇ ਵਿੱਚ ਉਹ ਤੁਹਾਨੂੰ ਪਤਾ ਹੀ ਹੈ, ਉਹ ਹੁੰਦਾ ਲਗਭਗ ਫੇਸਬੁੱਕ ਡਾਕੀਆ। ਫੇਸਬੁੱਕ ਡਾਕੀਆ ਵੱਖ ਵੱਖ ਤਰ੍ਹਾਂ ਦੀਆਂ ਵੀਡੀਓ, ਵੱਖ ਵੱਖ ਤਰ੍ਹਾਂ ਦੀਆਂ ਫੋਟੋਆਂ, ਜਿਨ੍ਹਾਂ ਦੇ ਵਿੱਚੋਂ ਤੁਸੀਂ ਵੀ ਬਹੁਤ ਸਾਰੀਆਂ ਸਾਨੂੰ ਭੇਜਦੇ ਹੋ, ਟੈਗ ਕਰਦੇ ਹੋ, ਫੇਸਬੁੱਕ 'ਤੇ ਪਾਉਂਦੇ ਹੋ, ਉਹ ਸਾਰੀਆਂ ਆਉਂਦੀਆਂ ਨੇ, ਉਹ ਤੁਹਾਡੇ ਨਾਲ ਸਾਂਝੀਆਂ ਕਰੀਦੀਆਂ ਅਤੇ ਕੋਸ਼ਿਸ਼ ਕਰੀਦੀ ਵੀ ਉਹਦੇ ਵਿੱਚੋਂ ਥੋੜ੍ਹਾ ਬਹੁਤ ਫਨ ਜਿਹੜਾ ਉਹ ਨਿਕਲ ਕੇ ਸਾਹਮਣੇ ਆਵੇ। ਫੇਸਬੁੱਕ ਦੀ ਗੱਲ ਕਰੀਏ, ਪਹਿਲੀ ਫੋਟੋ ਜਿਹੜੀ ਹੈ ਇਹ ਫੋਟੋ ਨਹੀਂ ਹੈ, ਇਹ ਇੱਕ ਸਰਵੇ ਹੈ। ਫੋਟੋ ਦਿਖਾ ਦਿਓ ਨਾਲ, ਸਰਵੇ ਹੈ ਜੀ ਕਿ ਕਿੰਨੇ ਮਿੰਟ ਗੱਲ ਕਰਦਾ ਐਵਰੇਜ ਜਿਹੜੀ ਹੈਗੀ ਆ। ਇਹਦੇ ਵਿੱਚ ਲਿਖਿਆ ਇਹ ਹੋਇਆ ਕਿ ਮੁੰਡੇ ਨੂੰ ਮੁੰਡਾ ਜੇ ਕਾਲ ਕਰਦਾ, ਦੋਸਤ ਨੂੰ ਦੋਸਤ ਕਾਲ ਕਰਦਾ, ਤਾਂ ਉਹ ਕਰਦਾ ਤਕਰੀਬਨ 58 ਸੈਕਿੰਡ, ਠੀਕ ਹੈ ਜੀ। ਅਤੇ ਜੇ ਮੁੰਡਾ ਆਪਣੀ ਮੰਮੀ ਨੂੰ ਕਰਦਾ ਤਾਂ ਉਹ ਕਰਦਾ 45 ਸੈਕਿੰਡ ਐਵਰੇਜ। ਅਤੇ ਜੇ ਮੁੰਡਾ ਕੁੜੀ ਨੂੰ ਕਰਦਾ ਉਹ ਕਰਦਾ, ਗਰਲਫ੍ਰੈਂਡ ਬੋਏਫ੍ਰੈਂਡ ਵਾਲੇ ਜਿਹੜੇ ਹੁੰਦਾ ਇਹੋ ਜਿਹਾ ਚੱਕਰ ਹੁੰਦਾ, ਉਹ ਕਰਦਾ 1 ਘੰਟਾ 13 ਮਿੰਟ 59 ਸੈਕਿੰਡ, ਯਾਨੀ ਕਿ 1 ਘੰਟਾ ਲਗਭਗ 14 ਮਿੰਟ। ਅਤੇ ਜੇ ਕੁੜੀ ਨੂੰ ਜਾਂ ਲੇਡੀ ਲੇਡੀ ਨੂੰ, ਔਰਤ ਔਰਤ ਨੂੰ ਫੋਨ ਕਰਦੀ ਹੈ, ਉਹਦੀ ਐਵਰੇਜ ਹੈਗੀ ਹੈ 2 ਘੰਟੇ 35 ਮਿੰਟ 20 ਸੈਕਿੰਡ। ਅਤੇ ਜੇ ਹਸਬੈਂਡ ਪਤੀ ਆਪਣੀ ਪਤਨੀ ਨੂੰ ਕਾਲ ਕਰਦਾ, ਉਹਦੀ ਐਵਰੇਜ 3 ਸੈਕਿੰਡ। ਉਹਨੇ ਇੰਨਾ ਹੀ ਕਹਿਣਾ ਹੁੰਦਾ, ਬਸ ਆ ਗਿਆ ਮੋੜ 'ਤੇ ਆ, ਜਾਂ ਇੰਨਾ ਹੀ ਕਹਿਣਾ ਹੁੰਦਾ ਰੋਟੀ ਨਾ ਪਕਾਈ, 3 ਸੈਕਿੰਡ ਦੀ ਗੱਲ ਪੂਰੀ ਹੁੰਦੀ, ਜਾਂ ਇੰਨਾ ਕਹਿਣਾ ਹੁੰਦਾ ਲੇਟ ਆਊਂਗਾ ਬਿਜ਼ੀ ਆ, ਉਹ ਅੱਗੇ ਉਹ ਗੱਲ ਹੀ ਨਹੀਂ ਸੁਣਨੀ ਵੀ ਕਿੰਨੀ ਅਗਲੇ ਕੀ ਕਹਿਣਾ ਚਾਹੁੰਦੇ, ਵੀ ਘਰੇ ਪ੍ਰਾਹੁਣੇ ਆਏ ਨਹੀਂ ਆਏ, ਵੀ ਛੇਤੀ ਆ ਜੀ, ਉੱਥੋਂ ਤੱਕ ਪਹੁੰਚਣਾ ਨਹੀਂ। 3 ਸੈਕਿੰਡ ਦੇ ਵਿੱਚ ਆਪਣੀ ਗੱਲ ਕਹਿ ਕੇ ਓਕੇ ਬਾਏ ਕਰ ਦੇਣੀ ਆ। ਅਤੇ ਉਸ ਤੋਂ ਬਾਅਦ ਜਦੋਂ ਕਿਸੇ ਪਤਨੀ ਨੇ ਆਪਣੇ ਪਤੀ ਨੂੰ ਕਾਲ ਕਰਨੀ ਆ, ਉਹਦੀ ਐਵਰੇਜ ਹੈਗੀ ਹੈ ਜੀ 15 ਮਿਸ ਕਾਲਾਂ ਘਰ ਵਾਲੀ ਦੀਆਂ ਹੋਣਗੀਆਂ, ਤੁਸੀਂ ਐਵਰੇਜ ਦੇਖ ਲਿਓ। ਅਤੇ ਉਸ ਤੋਂ ਬਾਅਦ ਕਿਤੇ ਘਰ ਵਾਲਾ ਫੋਨ ਕਰਦਾ, ਅਕਸਰ ਅਸੀਂ ਘਰ ਵਾਲੀਆਂ ਨੂੰ ਮੈਂ ਤਵਾ ਲਾਉਂਦੇ ਰਹਿੰਦੇ ਹਾਂ ਵੀ ਐਂ ਹੁੰਦਾ ਜੋ ਹੁੰਦਾ, ਪਰ ਇਹ 15 ਮਿਸ ਕਾਲਾਂ ਜਿਹੜੀਆਂ ਐਵਰੇਜ ਘਰ ਵਾਲੀ ਦੀਆਂ ਘਰ ਵਾਲੇ ਨੂੰ ਜਾਂਦੀਆਂ ਨੇ। ਫਿਰ ਉਹ ਫੋਨ ਕਰਦਾ ਵੀ ਕਿਉਂ ਤੰਗ ਕਰੀ ਜਾਂਦੀ ਹੈ, ਤੈਨੂੰ ਪਤਾ ਤਾਂ ਹੈ ਬੌਸ ਦੇ ਨਾਲ ਸੀ ਮੈਂ, ਹੁਣ ਇਹ ਨਹੀਂ ਪਤਾ ਕਿਹੜੇ ਬੌਸ ਦੇ ਨਾਲ ਹੁੰਦੇ। ਚਲੋ ਖੈਰ, ਅਗਲੀ ਜਿਹੜੀ ਹੈ ਫੋਟੋ ਉਹ ਤੁਹਾਡੇ ਨਾਲ ਇਹ ਸਾਂਝੀ ਇਹ ਕਰ ਰਿਹਾ ਮੈਂ ਕਿ ਜਿਹੜੀ ਲੋਕਾਂ ਨੂੰ ਸ਼ੌਕ ਹੁੰਦਾ ਗਾਰਡਨਿੰਗ ਦਾ, ਬੜਾ ਸ਼ੌਕ ਹੁੰਦਾ। ਇੱਕ ਛੱਤ ਦੇ ਉੱਪਰ ਵੀ ਬੜੇ ਸੋਹਣੇ ਲੋਕਾਂ ਨੇ ਬਾਗ ਬਣਾ ਰੱਖੇ ਨੇ, ਔਰ ਪੂਰਾ ਐਨ ਮਾਹੌਲ ਪਾਰਕ ਵਾਲਾ ਛੱਤਾਂ ਦੇ ਉੱਪਰ ਪੰਜਾਬ ਦੇ ਵਿੱਚ, ਇੰਡੀਆ ਦੇ ਵਿੱਚ ਵੀ ਬਣਾ ਰੱਖਿਆ, ਇੱਧਰਲੇ ਮੁਲਕਾਂ ਦੇ ਵਿੱਚ ਵੀ ਹੈਗਾ। ਉੱਥੇ ਬੰਦਾ ਬਣਾਉਂਦਾ ਫੁੱਲ ਸੋਹਣੇ ਸੋਹਣੇ, ਜਾਂ ਕੋਈ ਚੀਜ਼ਾਂ ਚੰਗੀਆਂ ਚੰਗੀਆਂ ਬਣਾਉਂਦਾ ਵੀ ਮਨ ਖੁਸ਼ ਰਹਿੰਦਾ। ਹੁਣ ਇਹ ਭਾਈ ਸਾਹਿਬ ਨੇ ਜਿਹੜਾ ਫੋਟੋ ਦੇ ਵਿੱਚ ਬਣਾਇਆ ਤਾਂ ਇਹ ਵੀ ਗਾਰਡਨਿੰਗ ਹੀ ਹੈ, ਹੈਗੀ ਹੈ ਇਹ ਵੀ ਗਾਰਡਨਿੰਗ ਹੈ, ਪਰ ਬਣਾਉਣ ਵਾਲੇ ਦੀ ਸੋਚ ਨਹੀਂ ਮੈਨੂੰ ਸਮਝ ਆਈ। ਹੈ ਜੁੱਤੀ ਬਣਾ ਰੱਖੀ ਹੈ, ਹੁਣ ਜੁੱਤੀ ਵੀ ਐਡੀ ਵੱਡੀ ਬਣਾ ਰੱਖੀ ਹੈ, ਵਿੱਚ ਚਾਹੇ ਕਾਰ ਪਾਰਕਿੰਗ ਕਰ ਲਓ, ਜੁੱਤੀ ਬਣਾਉਣ ਦਾ ਕੰਸੈਪਟ ਮੈਨੂੰ ਇਹਦਾ ਭਾਈ ਸਾਹਿਬ ਦਾ ਸਮਝ ਨਹੀਂ ਆਇਆ। ਹੋ ਸਕਦਾ ਇਹ ਡਰਦਾ ਜੁੱਤੀਆਂ ਤੋਂ ਹੋਵੇ, ਜਾਂ ਜੁੱਤੀ ਕਿਸੇ ਚੀਜ਼ ਦੀ ਉਹਨੂੰ ਯਾਦ ਕਰਾਉਂਦੀ ਹੋ ਸਕਦੀ ਹੈ, ਹੋ ਸਕਦਾ ਘਰ ਵਾਲੀ ਦੀ ਯਾਦ ਕਰਾਉਂਦੀ ਹੋਵੇ, ਹੋ ਸਕਦਾ ਬਾਪੂ ਦੀ ਯਾਦ ਕਰਾਉਂਦੀ ਹੋਵੇ ਜੁੱਤੀ, ਵੀ ਹਾਂ ਵੀ ਇੱਦਾਂ ਇੱਦਾਂ ਮੈਨੂੰ ਹੁੰਦੀ ਹੋ ਸਕਦਾ। ਕਈ ਜਦੋਂ ਆਪਾਂ ਪਿੰਡਾਂ ਦੇ ਵਿੱਚ ਪਹਿਲਾਂ ਹੁੰਦਾ ਸੀ, ਬੰਦੇ ਨੂੰ ਯਾਦ ਭੁੱਲ ਜਾਂਦਾ ਸੀ ਕਿਹੜੇ ਕੰਮ ਚੱਲਿਆ, ਅਤੇ ਘਰ ਕੋਈ ਆ ਕੇ ਪੁੱਛਦੇ ਸੀ ਫਲਾਣੀ ਚੀਜ਼ ਲੈਣ ਗਿਆ ਸੀ ਲੈ ਕੇ ਨਹੀਂ ਆਇਆ, ਤਾਂ ਉਹ ਕਹਿੰਦੇ ਭੁੱਲ ਗਿਆ। ਫਿਰ ਉਹਦੇ ਹੱਥ ਦੇ ਨਾਲ ਕੋਈ ਸੇਬਾ ਜਾਂ ਕੁਛ ਬੰਨ ਦਿੰਦੇ ਹੁੰਦੇ ਸੀਗੇ, ਵੀ ਜਦੋਂ ਸੇਬਾ ਦੇਖਦਾ ਤਾਂ ਉਹਨੂੰ ਕੀਤਾ ਆ ਜਾਂਦਾ, ਉਹ ਮੈਂ ਤਾਂ ਆਹ ਵੀ ਚੀਜ਼ ਲੈ ਕੇ ਜਾਣੀ ਹੈ। ਸੋ ਸ਼ਾਇਦ ਇਹ ਵੀ ਜੁੱਤੀ ਬਣਾਉਣ ਦਾ ਵੀ ਇਹੀ ਕਾਰਨ ਹੋਵੇ ਕਿ ਉਹਨੂੰ ਕੁਛ ਨਾ ਕੁਛ ਚੇਤਾ ਜਿਹੜਾ ਆ ਜਾਂਦਾ ਹੋਵੇ। ਚੀਜ਼ਾਂ ਮਾਰਕੀਟ ਦੇ ਵਿੱਚ ਬੜੀਆਂ ਆਉਂਦੀਆਂ ਨੇ, ਆਹ ਜਦੋਂ ਦੇ ਰਾਮਦੇਵ ਦੇ ਪ੍ਰੋਡਕਟ ਆਏ ਨੇ ਉਹਦਾ ਬੜਾ ਕੁਛ ਆਉਣ ਲੱਗ ਪਿਆ, ਬੜਾ ਕੁਛ ਔਰਗੈਨਿਕ ਹੋ ਗਿਆ, ਜੇ ਹੋ ਗਿਆ ਉਹ ਹੋ ਗਿਆ, ਘਿਓ ਵੀ ਔਰਗੈਨਿਕ, ਸਭ ਕੁਛ ਹੀ ਔਰਗੈਨਿਕ ਹੋ ਗਿਆ ਹੁਣ ਤਾਂ ਬੰਦਿਆਂ ਨੂੰ ਛੱਡ ਕੇ। ਪਰ ਇਹ ਜਿਹੜੀ ਫੋਟੋ ਇਹ ਐਡ ਹੈਗੀ ਹੈ ਦੇਸੀ ਘਿਓ ਦੀ ਐਡ ਆ, ਅਤੇ ਉੱਤੇ ਲਿਖਿਆ ਹੋਇਆ ਔਰਗੈਨਿਕ ਦੇਸੀ ਘਰੀ ਘੀ, ਟੈਂਸ਼ਨ ਫਰੀ ਗਾਵਾਂ ਦਾ। ਵੀ ਬੰਦੇ ਨੂੰ ਪੁੱਛੇ ਪਹਿਲੀ ਗੱਲ ਤਾਂ ਗਾਵਾਂ ਨੂੰ ਟੈਂਸ਼ਨ ਹੁੰਦੀ ਕਿਹੜੀ ਹੈ, ਫਿਰ ਦੂਜੀ ਗੱਲ ਇਹ ਹੈ ਵੀ ਇਹਨੂੰ ਕਿਵੇਂ ਪਤਾ ਲੱਗਿਆ ਵੀ ਆਹ ਗਾਂ ਜਿਹੜੀ ਇਹਨੂੰ ਟੈਂਸ਼ਨ ਹੈ ਇਸ ਸਮੇਂ, ਅਤੇ ਇਸ ਗਾਂ ਨੂੰ ਟੈਂਸ਼ਨ ਹੈ ਨਹੀਂ। ਗਾਂ ਨੂੰ ਭਲਾ ਕਾਹਦੀ ਟੈਂਸ਼ਨ ਹੋਣੀ, ਉਹਨੇ ਕਿਹੜਾ ਬਿੱਲ ਦੇਣੇ ਹੁੰਦੇ ਆ,
ਜੋ ਉਹਨੇ ਕਿਹੜੇ ਚਿੱਠੀ ਜਦੋਂ ਫੋਲਡਿੰਗ ਚਿੱਠੀਆਂ ਸਾਰੀਆਂ ਬੈਲੀ ਨਿਕਲਣੇ ਵਿੱਚੋਂ ਤਾਂ ਉਹਨੂੰ ਟੈਨਸ਼ਨ ਹੋ ਜਾਣੀ ਹੈ। ਟੈਨਸ਼ਨ ਮੈਨੂੰ ਲੱਗਦਾ ਟੈਨਸ਼ਨ ਸਿਰਫ ਅਸੀਂ ਬੰਦੇ ਹੀ ਕਰਦੇ ਹਾਂ, ਪਸ਼ੂ ਟੈਨਸ਼ਨ ਨਹੀਂ ਕਰਦੇ। ਪਰ ਇਹਨੇ ਘਿਓ ਵੇਚਣ ਦਾ ਤਰੀਕਾ ਜਿਹੜਾ ਇੱਕ ਵੱਖਰਾ ਬਣਾਇਆ ਕਿ ਔਰਗੈਨਿਕ ਘਿਓ ਟੈਨਸ਼ਨ ਫਰੀ ਗਾਵਾਂ ਦਾ। ਹੁਣ ਪੰਜਾਬ ਗਏ ਤਾਂ ਜ਼ਰੂਰ ਲੱਭਿਓ ਕੋਈ ਟੈਨਸ਼ਨ ਵਾਲੀ ਗਾਂ ਜਿਹੜੀ ਕਿੱਦਾਂ ਦੀ ਹੁੰਦੀ ਹੈ ਅਤੇ ਕੀ ਉਹਦਾ ਰਿਐਕਸ਼ਨ ਹੁੰਦਾ ਟੈਨਸ਼ਨ ਦੇ ਵਿੱਚ। ਚਲੋ ਖੈਰ, ਅਗਲਾ ਇੱਕ ਪੋਲੀਟੀਕਲ ਪਾਰਟੀਆਂ ਬੜੀਆਂ ਬਣਦੀਆਂ ਨੇ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ। ਇਹ ਫੋਟੋ ਪੰਜਾਬ ਦੀ ਤਾਂ ਨਹੀਂ ਹੈਗੀ ਪਰ ਭਾਰਤ ਦੇ ਕਿਸੇ ਹਿੱਸੇ ਦੀ ਜ਼ਰੂਰ ਹੈ। ਆਮ ਤੌਰ 'ਤੇ ਦੇਖਿਆ ਹੁਣ ਕੱਲ੍ਹ ਪਰਸੋਂ ਢੀਂਡਸਾ ਸਾਹਿਬ ਨੇ ਕੀਤਾ, ਉਹ ਮੀਟਿੰਗ 'ਚ ਕੀਤੀ, ਉਹ 'ਚ ਹੀ ਰੈਲੀ ਜਿੰਨਾ ਇਕੱਠ ਸੀਗਾ ਪੰਜਾਬ ਦੇ ਵਿੱਚ। ਜ਼ਿਆਦਾ ਲੋਕ ਵਿਹਲੇ ਨੇ ਅਤੇ ਇਕੱਠ ਬੜਾ ਹੁੰਦਾ, ਕੋਈ ਵੀ ਕਰ ਲਏ। ਈਵਨ ਕੁਲਦੀਪ ਮਾਣਕ ਸਾਹਿਬ ਜਦੋਂ ਵੋਟਾਂ 'ਚ ਖੜ੍ਹੇ ਹੋਏ ਸੀ ਉਹਨਾਂ ਤੋਂ ਬੜਾ ਇਕੱਠ ਹੋ ਜਾਂਦਾ ਸੀ, ਬੜਾ ਇਕੱਠ ਹੋ ਜਾਂਦਾ। ਜਮਾਨਤ ਜ਼ਬਤ ਹੋਈ ਸੀ, ਰਾਮੂ ਵਾਲੀਆ ਜਦੋਂ ਕਰਦੇ ਸੀਗੇ ਭਾਸ਼ਣ ਭੁਸ਼ਣ ਉਹਨਾਂ ਦੇ ਬੜਾ ਇਕੱਠ ਹੋ ਜਾਂਦਾ ਸੀ ਬਾਅਦ ਦੇ ਵਿੱਚ, ਜਿੱਤੇ ਜਿੱਤੇ ਤਾਂ ਹੈ ਨਹੀਂ ਉਹ ਵੀ, ਅਤੇ ਪਹਿਲਾਂ ਪਹਿਲਾਂ ਭਗਵੰਤ ਮਾਨ ਨਾਲ ਵੀ ਇੱਦਾਂ ਹੀ ਬਾਅਦ ਦੇ ਵਿੱਚ ਚਲੋ ਉਹ ਜਿੱਤ ਗਏ। ਇਹ ਜਿਹੜੀ ਰੈਲੀ ਦੀ ਫੋਟੋ ਤੁਸੀਂ ਦੇਖ ਰਹੇ ਹੋ ਇਹਦੇ 'ਚ ਦੇਖੋ ਕਿੰਨਾ ਇਕੱਠ ਹੈ, ਓਏ ਹੋਏ ਹੋਏ, ਦੂਰ ਦੂਰ ਤੱਕ ਕੋਈ ਬੰਦਾ ਨਹੀਂ। ਭਾਸ਼ਣ ਦੇਣ ਵਾਲੇ 6 ਜਣੇ ਨੇ, ਸੁਣਨ ਵਾਲਾ ਮੂਹਰੇ 1 ਹੈ। ਇਹ ਇਹੋ ਜਿਹੀਆਂ ਰੈਲੀਆਂ ਵੀ ਹੁੰਦੀਆਂ ਕਿਤੇ ਨਾ ਕਿਤੇ ਭਾਰਤ ਦੇ ਵਿੱਚ। ਚਲੋ ਖੈਰ, ਆਪਾਂ ਹੁਣ ਚੱਲਦੇ ਹਾਂ ਆਪਦੇ ਵੀਡੀਓ ਵਾਲੇ ਸੈਕਸ਼ਨ ਵਾਲੇ ਪਾਸੇ। ਵੀਡੀਓ ਦੀ ਅਗਰ ਗੱਲ ਕਰੀਏ ਤਾਂ ਪੁਲਿਸ ਦੀ ਅੱਜ ਤਾਜ਼ੀ ਤਾਜ਼ੀ ਕੱਲ੍ਹ ਗੱਲ ਕੀਤੀ ਆਪਾਂ ਕਿ ਪੁਲਿਸ ਨੇ ਚਲਾਣਾ ਦੇ ਰੇਟ ਵਧਾ ਤੇ ਪੰਜਾਬ ਦੇ ਵਿੱਚ, ਇਹ ਕੀਤਾ ਉਹ ਕਰਤਾ, ਅਤੇ ਲੋਕਾਂ 'ਚ ਕਸੂਰ ਕੱਢਦੇ ਨੇ। ਪੁਲਿਸ ਨੂੰ ਕੈਮਰੇ ਦੇ ਦਿੱਤੇ, ਉਹਨਾਂ ਨੇ ਜੇਬਾਂ ਦੇ ਉੱਪਰ ਕੈਮਰੇ ਲਾ ਦਿੱਤੇ ਪੁਲਿਸ ਦੇ, ਕਹਿੰਦੇ ਜੀ ਲੋਕ ਗਾਲਾਂ ਕੱਢ ਜਾਂਦੇ, ਸਾਨੂੰ ਤਾਂ ਕਸੂਰ ਸਾਡਾ ਫਿਰ ਕੱਢਦੇ ਨੇ, ਅਸੀਂ 'ਚ ਰਿਕਾਰਡ ਕਰ ਲੈਂਦੇ। ਉਹਨੂੰ ਕਹੋ ਵੀ ਇੱਕ ਕੈਮਰਾ ਫਿਰ ਅਗਲੇ ਬੰਦੇ ਨੂੰ ਵੀ ਦਿਆ ਕਰੋ ਨਾ, ਵੀ ਤੁਸੀਂ ਕੀ ਕੀ ਬੋਲਦੇ ਹੋ। ਖੈਰ ਉਹਦੀ ਆਵਾਜ਼ ਤੋਂ 'ਚ ਰਿਕਾਰਡ ਹੁੰਦੀ ਆ। ਪਰ ਆਹ ਦਿੱਲੀ ਪੁਲਿਸ ਦਾ ਹਾਲ ਦੇਖ ਲਓ, ਇਹ ਪੁਲਿਸ ਦਾ ਕੀ ਹਾਲ ਹੈ ਭਾਈ ਸਾਹਿਬ, ਪਤਾ ਨਹੀਂ ਕਾਹਦੇ ਗਿਰਤੇ ਅੜੇ ਹੋਏ ਨੇ। ਇੱਕ ਛੋਟੀ ਜਿਹੀ ਵੀਡੀਓ ਨਾਲ ਗਾਣਾ ਵੀ ਬੜਾ ਸੋਹਣਾ ਲਾਇਆ। ਹਾਂਜੀ ਜਾਸਰ ਸਾਹਿਬ, ਦਿਖਾ ਦਿਓ ਵੀਡੀਓ। ਮਾਰੇ ਸਈਆਂ ਭਾਏ ਥਾਣੇਦਾਰ ਅਤੇ ਆਪ ਡਰ ਕਾਹੇ ਕਾ, ਇਹ ਨਹੀਂ ਪਤਾ ਵੀ ਇਹ ਗੱਡੀ ਕਾਹਦੇ ਰੋਕਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ, ਅਤੇ ਕਿਵੇਂ ਰੋਕੀ ਹੈ, ਕਿਵੇਂ ਕਿੰਨੇ ਹੋਰ ਆ ਗਏ ਵੀ, ਬਾਹੂਬਲੀ ਲੱਗਦਾ ਸੀ ਜਿਹੜਾ ਕਿਸੇ ਕੋਲ ਸੂਤ ਨਹੀਂ ਆਇਆ। ਫਿਰ ਅਗਲੀ ਵੀਡੀਓ ਇੱਕ ਲੈ ਚੱਲਦੇ ਤੁਹਾਨੂੰ ਸੇਲਸ ਕਰਨ ਦਾ ਤਰੀਕਾ। ਵੈਸੇ ਕਹਿੰਦੇ ਵਧੀਆ ਸੇਲਸਮੈਨ ਉਹ ਹੁੰਦਾ ਜਿਹੜਾ ਗੰਜੇ ਨੂੰ ਵੀ ਕੰਘੀ ਵੇਚ ਦੇ, ਪਰ ਚਾਈਨਾ ਦੀ ਇੱਕ ਮਾਰਕੀਟ ਦੀ ਤੁਹਾਨੂੰ ਵੀਡੀਓ ਛੋਟੀ ਜਿਹੀ ਦਿਖਾਉਂਦੇ ਹਾਂ। ਉਸ ਮਾਰਕੀਟ ਦੇ ਵਿੱਚ ਗਾਹਕਾਂ ਨੂੰ ਆਪਣੇ ਸਟੋਰ ਦੇ ਅੰਦਰ ਜਾਂ ਸ਼ੋਰੂਮ ਦੇ ਅੰਦਰ ਬੁਲਾਉਣ ਦਾ ਕੀ ਤਰੀਕਾ ਹੈ, ਕੀ ਢੰਗ ਵਰਤਦੇ ਨੇ। ਨਾਲ ਦੀ ਨਾਲ ਆਹ ਵੀਡੀਓ ਤੁਸੀਂ ਚਾਈਨਾ ਦੀ ਹੈਗੀ ਆ, ਇਹ ਵੀ ਦੇਖੋ, ਤਾਂ ਉਸ ਤੋਂ ਬਾਅਦ ਅਗਲੀ ਗੱਲਬਾਤ ਕਰਦੇ ਹਾਂ। ਉਹ ਦੇਖੋ ਜੀ, ਉਹਨਾਂ ਦਾ ਇੱਕ ਵੀਡੀਓ ਤਾਂ ਅਲੱਗ ਅਲੱਗ ਸਟੋਰਾਂ ਦੀ ਇਹ ਬਣੀ ਹੋਈ ਹੈ, ਕੋਈ ਕਿਤੋਂ ਦੀ ਬਣੀ, ਕੋਈ ਕਿਤੋਂ ਦੀ ਬਣੀ, ਕੋਈ ਕਿਤੋਂ ਦੀ ਬਣੀ ਹੈ। ਪਰ ਤਰੀਕਾ ਇਹ ਹੀ ਹੈ ਕਿ ਇਸ ਤਰ੍ਹਾਂ ਗਾਹਕ ਨੂੰ ਉਹ ਲਿਆਉਂਦੇ ਨੇ। ਜੇ ਕੋਈ ਸਿੱਧੇ ਤਰੀਕੇ ਨਾਲ ਨਹੀਂ ਲਿਆਉਂਦਾ ਫਿਰ ਪੁੱਠਾ ਤਰੀਕਾ ਪੰਜਾਬ ਪੁਲਿਸ ਵਾਲੇ ਵਰਤ ਲੈਂਦੇ ਹੋ ਵੀ ਚੱਲ ਭਾਈ ਇੱਦਾਂ ਨਹੀਂ ਤਾਂ ਫਿਰ ਇੱਦਾਂ ਸਹੀ। ਸੋ ਇਹੋ ਜਿਹੀਆਂ ਫਨੀ ਵੀਡੀਓ ਜਾਂ ਫਨੀ ਫੋਟੋਆਂ ਤੁਹਾਡੇ ਨਾਲ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰੀਦੀ ਹੈ ਹਮੇਸ਼ਾ। ਔਰ ਇਹਦੇ ਵਿੱਚ ਫੇਸਬੁੱਕ ਡਾਕੀਆ ਜਿਹੜਾ ਹੈਗਾ, ਸਾਨੂੰ ਬਹੁਤ ਸਾਰੇ ਲੋਕ ਭੇਜ ਵੀ ਦਿੰਦੇ ਨੇ ਬਹੁਤ ਸਾਰੀਆਂ ਫਿਰ ਫੋਟੋਆਂ ਵੀਡੀਓ, ਅਸੀਂ ਆਪ ਵੀ ਲੱਭਣ ਦੀ ਕੋਸ਼ਿਸ਼ ਕਰੀਦੀ ਹੈ। ਪਰ ਕੋਸ਼ਿਸ਼ ਇਹਦੇ 'ਚ ਇਹੀ ਹੁੰਦੀ ਹੈ ਵੀ ਜਿਹੜੀ ਵੀ ਵੀਡੀਓ ਜਾਂ ਫੋਟੋ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਉਹਦੇ ਵਿੱਚੋਂ ਕੁਛ ਨਾ ਕੁਛ ਹਾਸਾ ਜ਼ਰੂਰ ਨਿਕਲੇ। ਬਹੁਤ ਸਾਰੇ ਸਾਡੇ ਦਰਸ਼ਕ ਆ ਇਸ ਸੈਗਮੈਂਟ ਨੂੰ ਪਸੰਦ ਕਰਦੇ ਨੇ। ਮੈਂ ਹਰ ਦਿਨ ਦੇ ਵਿੱਚ ਅਲੱਗ ਅਲੱਗ ਸੈਗਮੈਂਟ ਜਿਹੜੇ ਉਹ ਵੰਡ ਰੱਖੇ ਆ। ਬਹੁਤ ਸਾਰੇ ਸਾਡੇ ਦਰਸ਼ਕ ਅੱਜ ਸ਼ੁੱਕਰਵਾਰ ਵਾਲਾ ਫੇਸਬੁੱਕ ਡਾਕੀਆ ਜਿਹੜਾ ਉਡੀਕਦੇ ਰਹਿੰਦੇ ਨੇ। ਸੋ ਇਹ ਗੱਲਾਂ ਬਾਤਾਂ ਹੋ ਗਈਆਂ ਜੀ ਫੇਸਬੁੱਕ ਡਾਕੀਆ ਦੀਆਂ, ਅਤੇ ਫੇਸਬੁੱਕ ਡਾਕੀਆ ਤੋਂ ਬਾਅਦ ਬ੍ਰੇਕ ਤੋਂ ਬਾਅਦ ਜਿਹੜਾ ਅੱਜ ਦਾ ਪ੍ਰੋਗਰਾਮ
ਇਸੇ ਤਰ੍ਹਾਂ ਚੱਲੂਗਾ। ਔਰ ਬ੍ਰੇਕ ਤੋਂ ਬਾਅਦ ਕੋਸ਼ਿਸ਼ ਕਰਾਂਗੇ ਸਾਡੇ ਨਾਲ ਵਧੀਆ ਇੱਕ ਮਹਿਮਾਨ ਜੁੜਨ ਅਤੇ ਉਹਨਾਂ ਨਾਲ ਵਧੀਆ ਪਿਆਰੀਆਂ ਪਿਆਰੀਆਂ ਵਧੀਆ ਵਧੀਆ ਉਹਨਾਂ ਨਾਲ ਗੱਲਾਂ ਪਤਾ ਕਰੀਏ। ਅਤੇ ਅੱਜ ਦਾ ਪ੍ਰੋਗਰਾਮ ਹੈਗਾ ਰਿਕਾਰਡਡ, ਗੱਲਾਂ ਤੁਹਾਡੀਆਂ ਨਹੀਂ ਲੈ ਹੋਣੀਆਂ। ਫਿਲਹਾਲ ਬ੍ਰੇਕ ਲੈਂਦੇ ਹਾਂ ਜੀ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ ਇੱਕ ਵਾਰ ਫਿਰ। ਔਰ ਅੱਜ ਦੇ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਸਿਆਣੇ ਕਹਿੰਦੇ ਹੈ ਕਿ ਦੁਨੀਆ ਇੱਕ ਰੰਗ ਮੰਚ ਹੈ, ਇਹ ਧਰਤੀ ਇੱਕ ਸਟੇਜ ਹੈ, ਹਰ ਬੰਦਾ ਇੱਥੇ ਆਉਂਦਾ ਅਤੇ ਆਪੋ ਆਪਣਾ ਰੋਲ ਅਦਾ ਕਰਕੇ ਚਲਾ ਜਾਂਦਾ ਹੈ। ਜਿਹੜਾ ਰੋਲ ਵਧੀਆ ਅਦਾ ਕਰਦਾ ਹੈ, ਵਧੀਆ ਤੋਂ ਭਾਵ ਵੀ ਜਿਹੜਾ ਚੰਗੇ ਕੰਮ ਕਰਦਾ, ਲੋਕਾਂ ਦੀ ਹੈਲਪ ਕਰਦਾ, ਲੋਕਾਂ ਦੀ ਵਾਸਤੇ ਖੜ੍ਹਦਾ, ਅਤੇ ਉਹਨੂੰ ਲੋਕ ਬਾਅਦ ਦੇ ਵਿੱਚ ਉਦੋਂ ਵੀ ਤਾੜੀਆਂ ਮਿਲਦੀਆਂ ਨੇ, ਉਦੋਂ ਵੀ ਪ੍ਰਸ਼ੰਸਾ ਮਿਲਦੀ ਹੈ, ਅਤੇ ਜਦੋਂ ਉਹ ਪਰਮਾਤਮਾ ਨਾ ਕਰੇ ਇਸ ਦੁਨੀਆਂ ਦੇ ਵਿੱਚੋਂ ਚਲੇ ਜਾਂਦਾ ਤਾਂ ਉਸ ਤੋਂ ਬਾਅਦ ਵੀ ਲੋਕ ਉਹਨੂੰ ਯਾਦ ਕਰਦੇ ਨੇ। ਇਸੇ ਤਰ੍ਹਾਂ ਇੱਕ ਰੰਗਮੰਚ ਹੈ, ਥੀਏਟਰ ਹੈ, ਇੱਕ ਸਟੇਜ ਹੈ ਜਿੱਥੇ ਅਸੀਂ ਡਰਾਮੇ ਕਰਦੇ ਹਾਂ, ਜਾਂ ਮੈਂ ਵੀ ਪਹਿਲਾਂ ਥੀਏਟਰ ਕੀਤਾ, ਚੰਡੀਗੜ੍ਹ ਦੇ ਵਿੱਚ ਡਰਾਮੇ ਕਰਨ ਦਾ ਮੌਕਾ ਮਿਲਿਆ। ਇੱਕ ਤਾਂ ਮਤਲਬ ਡਰਾਮੇ ਹੁੰਦੇ, ਜਿਹੜਾ ਬੰਦਾ ਵੈਸੇ ਡਰਾਮੇ ਕਰਦਾ ਉਹ ਡਰਾਮਾ ਨਹੀਂ, ਜਿਹੜਾ ਸਟੇਜ 'ਤੇ ਅਸੀਂ ਕਰਦੇ ਉਸ ਡਰਾਮੇ ਦੀ ਗੱਲ ਕਰਦਾ, ਅਤੇ ਉਹ ਮੈਨੂੰ ਕਰਨ ਦਾ ਮੌਕਾ ਮਿਲਿਆ। ਉਸ ਰੰਗਮੰਚ ਦੇ ਵਿੱਚ ਵੀ, ਉਸ ਸਟੇਜ ਦੇ ਵਿੱਚ ਵੀ ਜਿਹੜਾ ਐਕਟਰ ਵਧੀਆ ਐਕਟਿੰਗ ਕਰਦਾ ਅਤੇ ਉਹਨੂੰ ਉਦੋਂ ਵੀ ਤਾੜੀਆਂ ਮਿਲਦੀਆਂ, ਅਤੇ ਬਾਅਦ ਦੇ ਵਿੱਚ ਵੀ ਉਹਨੂੰ ਲੰਬਾ ਸਮਾਂ ਤੱਕ ਯਾਦ ਰੱਖਿਆ ਜਾਂਦਾ। ਸੋ ਅੱਜ ਦੇ ਪ੍ਰੋਗਰਾਮ ਦੀ ਜਦੋਂ ਗੱਲ ਹੋਈ ਤਾਂ ਮੈਂ ਇਹ ਸੋਚਿਆ ਵੀ ਹਾਲਾਂਕਿ ਵਰਲਡ ਥੀਏਟਰ ਦੇ ਡੇ ਜਿਹੜਾ ਹੈਗਾ ਅੱਗੇ ਮਾਰਚ ਵਿੱਚ ਹੁੰਦਾ, ਅਤੇ ਕਿਉਂ ਨਾ ਅੱਜ ਵੀ ਥੀਏਟਰ ਬਾਰੇ ਗੱਲ ਕੀਤੀ ਜਾਵੇ। ਸੋ ਮੇਰੇ ਨਾਲ ਸਾਡੇ ਥੀਏਟਰ ਦੀ ਖਾਸ ਤੌਰ 'ਤੇ ਗੱਲ ਕਰੀਏ, ਅਮੈਰੀਕਾ ਦੇ ਥੀਏਟਰ ਦੀ ਇੱਕ ਜਾਣੀ ਪਹਿਚਾਣੀ ਹਸਤੀ, ਅਮੈਰੀਕਾ ਦੇ ਰੰਗਪੰਚ ਨੂੰ ਜਿਨ੍ਹਾਂ ਨੇ ਇੱਥੇ ਸਾਂਭਿਆ ਹੋਇਆ ਉਹਨਾਂ ਦੇ ਵਿੱਚੋਂ ਇੱਕ, ਬਹੁਤ ਹੀ ਸਾਡੇ ਪਿਆਰੇ ਮਿੱਤਰ ਦਰਸ਼ਨ ਸਿੰਘ ਕਹਿਲ ਸਾਹਿਬ ਮੇਰੇ ਨਾਲ ਹੈਗੇ ਨੇ, ਇਹਨਾਂ ਅੱਗੇ ਗੱਲਬਾਤ ਕਰਾਂਗੇ, ਪਿਆਰੀਆਂ ਪਿਆਰੀਆਂ ਗੱਲਾਂ ਕਰਾਂਗੇ। ਦਰਸ਼ਨ ਬਾਈ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ ਤੁਹਾਡਾ। ਬਹੁਤ ਬਹੁਤ ਧੰਨਵਾਦ ਜੀ ਜਸ ਪੰਜਾਬੀ ਦੇ ਸਾਰੇ ਦਰਸ਼ਕਾਂ ਦਾ, ਦਰਸ਼ਨ ਸਿੰਘ ਕਹਿਲ ਵੱਲੋਂ ਬਹੁਤ ਬਹੁਤ ਧੰਨਵਾਦ ਜੀ। ਜੀ 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 ਅੱਜ ਸਵਾਬ ਬਣ ਗਿਆ ਕੁਦਰਤੀ, ਬਿਲਕੁਲ ਨਹੀਂ ਤਾਂ ਅਦਰਵਾਈਜ਼ ਆਪਾਂ ਕਾਫੀ ਦੇਰ ਦੇ ਮਿਲਦੇ ਗੱਲਬਾਤ ਕਰਦੇ ਹਾਂ। ਬਿਲਕੁਲ ਜੀ ਬਿਲਕੁਲ, ਅਤੇ ਪਰ ਅੱਜ ਟੀਵੀ 'ਤੇ ਇੱਦਾਂ ਸਵਾਬ ਅੱਜ ਬਣਿਆ। ਖੈਰ ਤੁਸੀਂ ਜਗਤਾਰ ਵੀ ਸੱਚ ਮੰਨਿਓ, ਮੈਂ ਟੀਵੀ 'ਤੇ ਅੱਜ ਫੇਸ ਪਹਿਲੇ ਦਿਨ ਹੀ ਕਰ ਰਿਹਾ। ਥੀਏਟਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ, ਜੋ ਮਰਜ਼ੀ ਕੋਮੇਡੀ ਹੋਵੇ, ਇਮੋਸ਼ਨਲ ਹੋਵੇ, ਜਿਸ ਤਰ੍ਹਾਂ ਰੋਲ ਹੋਵੇ ਆਪਾਂ ਉਸ ਤਰ੍ਹਾਂ ਕਰ ਸਕਦੇ। ਇਹ ਤਾਂ ਕਾਰਨ ਕੀ ਫਿਰ, ਥੀਏਟਰ ਜਿਹੜਾ, ਥੀਏਟਰ ਸੇਮ ਚੀਜ਼ ਹੈਗੀ ਹੈ, ਥੀਏਟਰ ਤੁਸੀਂ ਸਗੋਂ ਲੋਕਾਂ ਦੇ ਸਾਹਮਣੇ ਕਰਨਾ ਪੈਂਦਾ, ਇੱਥੇ ਆਪਣੇ ਲੋਕ ਸਾਹਮਣੇ ਹੈ ਨਹੀਂ ਹੈ, ਇਹ ਸੌਖਾ ਨਹੀਂ ਲੱਗਦਾ ਉਦੋਂ, ਕਿਉਂਕਿ ਉਦੋਂ ਮੌਕੇ 'ਤੇ ਉਹਨਾਂ ਨੇ ਜੋ ਰਿਐਕਸ਼ਨ ਦੇਣਾ ਹੈ ਤਾਂ ਹੁਣ ਇਹ ਵੀ ਮੌਕੇ 'ਤੇ ਹੀ ਹੈ। ਬਿਲਕੁਲ, ਇਹ ਵੀ ਆਪਾਂ ਕੋਈ ਕੱਟਵਾਟ ਥੋੜ੍ਹੀ ਕਰ ਲਈ, ਬਿਲਕੁਲ ਤੁਹਾਡੀ ਗੱਲ ਸਹੀ। ਵੈਸੇ ਤੁਹਾਨੂੰ ਅੱਜ ਟੀ ਵੀ 'ਤੇ ਤੁਸੀਂ ਕਿੰਨੇ ਹੋ, ਪਹਿਲੀ ਵਾਰ ਆਇਆ? ਬਿਲਕੁਲ, ਅਤੇ ਵਿਆਹਾਂ ਦੀਆਂ ਵੀਡੀਓ 'ਚ ਤਾਂ ਪਹਿਲਾਂ ਆਏ ਹੋਣ ਕਾਫੀ ਬੰਦੇ। ਜਾਂ ਜਸ ਪੰਜਾਬੀ ਦੇ ਗੁਰੂ ਮਾਨਿਓ ਗ੍ਰੰਥ ਕੀਤਾ ਸੀ ਤੁਹਾਡੇ ਸਟੂਡੀਓ 'ਚ, ਉੱਥੇ ਨਿਊਯਾਰਕ ਗਏ ਸੀ, ਅਤੇ ਉੱਥੇ ਵੀ ਸਾਡੀ ਇੰਟਰਵਿਊ ਹੋਈ ਸੀ। ਅੱਛਾ, ਅਤੇ ਬਸ ਇਸ ਤਰ੍ਹਾਂ ਸੌਪ ਬਣਿਆ ਅੱਜ। ਅੱਜ ਚਲੋ, ਬੜਾ ਵਧੀਆ, ਬੜਾ ਵਧੀਆ ਲੱਗ ਰਿਹਾ ਸਾਡੇ ਜਿਹੜੇ ਘਰਾਂ 'ਚ ਬੈਠੇ ਦਰਸ਼ਕ, ਉਹਨਾਂ ਨੂੰ ਵੀ ਬੜਾ ਵਧੀਆ ਲੱਗ ਰਿਹਾ ਹੋਏਗਾ। ਗੱਲਾਂ ਬਾਤਾਂ ਬਹੁਤ ਪਿਆਰੀਆਂ ਪਿਆਰੀਆਂ ਹੋਣਗੀਆਂ, ਬਹੁਤ ਚੰਗੀਆਂ ਹੋਣਗੀਆਂ, ਪਾਏਦਾਰ ਗੱਲਾਂ ਜਿਹੜੀਆਂ ਹੋਣਗੀਆਂ। ਅੱਛਾ, ਥੀਏਟਰ ਦੀ ਗੱਲ ਕਰੀਏ, ਐਕਟਿੰਗ ਦੀ ਗੱਲ ਕਰੀਏ, ਤਾਂ ਇਹ ਇੱਕ ਕੀੜਾ ਹੁੰਦਾ। ਬਿਲਕੁਲ, ਪਹਿਲੇ ਸਮਿਆਂ ਦੀ ਗੱਲ ਕਰੀਏ, ਜਿਹਨਾਂ ਸਮੇਂ 'ਚ ਮੈਂ ਥੀਏਟਰ ਕੀਤਾ ਤਾਂ ਪੈਸਾ ਨਹੀਂ ਸੀ ਹੁੰਦਾ ਉਹਦੇ 'ਚ, ਇੱਕ ਸ਼ੌਕ ਹੁੰਦਾ ਸੀ, ਸ਼ੌਕ ਦੇ ਵਜੋਂ ਜਾਂਦੇ ਸੀ ਜਿਹੜੇ ਲੋਕ, ਪੈਸਾ ਕਮਾਉਂਦੇ ਸੀ ਸ਼ਾਇਦ ਅੱਜ ਵੀ ਉਹੀ ਚੀਜ਼ ਹੈ ਮੇਰੇ ਖਿਆਲ 'ਚ। ਬਿਲਕੁਲ ਬਿਲਕੁਲ ਬਿਲਕੁਲ, ਅਤੇ ਉਦੋਂ ਫਿਰ ਇੱਕ ਕੀੜਾ ਹੁੰਦਾ ਸੀ ਜਿਹੜਾ ਟਿਕਣ ਨਹੀਂ ਦਿੰਦਾ ਸੀਗਾ ਵੀ ਚਲੋ ਵੀ ਐਕਟਿੰਗ ਕਰਨੀ, ਐਕਟਿੰਗ ਕਰਨੀ, ਐਕਟਿੰਗ ਕਰਨੀ। ਅਤੇ ਦਰਸ਼ਨ ਸਿੰਘ ਕਹਿਲ ਨੂੰ ਕਦੋਂ ਪਤਾ ਲੱਗਾ ਵੀ ਉਹਨਾਂ ਦੇ ਅੰਦਰ ਇਹ ਕੀੜਾ ਹੈਗਾ? ਇਹ ਜੀ, ਜਦੋਂ ਸੁਨਾਮ ਪੜ੍ਹਦੇ ਸੀ ਉਦੋਂ ਗੁਰਸ਼ਰਨ ਭਾਜੀ ਦੇ ਡਰਾਮੇ ਦੇਖਦੇ ਹੁੰਦੇ ਸੀ। ਅੱਛਾ, ਅਤੇ ਉੱਥੇ ਕਰਵਾਉਂਦੇ ਵੀ ਹੁੰਦੇ ਸੀ, ਉਹਨਾਂ ਤੋਂ ਸ਼ੌਕ ਜਾਗ ਗਿਆ, ਫਿਰ ਆਪਣੇ ਪਿੰਡ ਵੀ ਕਰਵਾਏ, ਆਪਣੇ ਪਿੰਡ ਡਿਸਟ੍ਰਿਕਟ ਸੰਗਰੂਰ 'ਚ ਪੈ ਗਿਆ ਸੰਦੌੜ। ਕਿਹੜਾ ਜੀ? ਸੰਦੌੜ, ਸੰਦੌੜ, ਹਾਂਜੀ, ਇੱਕ ਸਤੌਜ ਭਗਵੰਤ ਮਾਨ ਹੋਣਾ, ਹਾਂਜੀ, ਇਹ ਸੰਦੌੜ ਪੈਂਦਾ, ਇਹ ਮਲੇਰਕੋਟਲੇ ਅਤੇ ਰਾਏਕੋਟ ਦੇ ਵਿੱਚ ਪੈਂਦਾ, ਇਧਰਲੇ ਪਾਸੇ, ਹਾਂਜੀ। ਮਤਲਬ ਹੈ ਤਾਂ ਉਹ ਕਹਿੰਦੇ ਨਾ ਵੀ ਉੱਥੇ ਭਗਵੰਤ ਹੁਣੀ ਗੱਲ ਕਰ ਦਿੰਦੇ ਜੋ ਕਿ ਜਾਂਦੇ ਸੀਗੇ, ਉਹ ਸਾਰੇ ਉੱਧਰ ਗੱਲਾਂ ਬਹੁਤ ਮਾਰਦੇ, ਉਹ ਕਹਿੰਦੇ ਵੀ ਜਿਹਨੂੰ ਮਰਜ਼ੀ, ਉਹ ਕਹਿੰਦੇ ਵੀ ਆਹ ਵੀ ਬੜੀਆਂ ਗੱਲਾਂ ਮਾਰਦਾ, ਉਹ ਕਹਿੰਦੇ ਵੀ ਜਿਹਨੂੰ ਮਰਜ਼ੀ ਛੇੜ ਲਾ, ਇੱਕੋ ਜਿੰਨਾ ਡੰਗ ਮਾਰੂ। ਬਿਲਕੁਲ, ਸਾਨੂੰ ਤੁਹਾਡਾ ਵੀ ਉਹੀ ਮਾਲ, ਸਾਨੂੰ ਬਿਲਕੁਲ ਸਹੀ ਗੱਲ, ਸਾਨੂੰ ਵੀ ਕਹਿੰਦੇ ਤੂੰ ਗੱਲ ਕਿੱਥੋਂ ਆਉਂਦੀ ਹੈ? ਹਾਂ, ਉਹੀ ਇੱਕ ਮੈਂ ਤੁਹਾਨੂੰ ਦੱਸਦਾ, ਜਦੋਂ ਉੱਥੇ ਥੀਏਟਰ ਕਰਦੇ ਸੀ, ਜਦੋਂ ਅਸੀਂ ਅਮਰੀਕਾ 'ਚ ਆਏ, ਮੇਰੀ ਵਾਈਫ ਕਹਿੰਦੇ ਨੇ ਵੀ ਤੁਹਾਨੂੰ ਇਹ ਬੰਦੇ ਕਿੱਥੋਂ ਮਿਲ ਜਾਂਦੇ ਨੇ? ਅੱਛਾ, ਅਤੇ ਮੈਂ ਕਿਹਾ ਥੀਏਟਰ ਦੇ ਬੰਦੇ ਤਾਂ ਇੱਕ ਦੂਜੇ ਨੂੰ ਮਿਲ ਹੀ ਜਾਂਦੇ ਨੇ, ਜਦੋਂ ਇੱਥੇ ਆ ਕੇ ਥੀਏਟਰ ਦੇਖਿਆ ਬੜਾ ਚਾਅ ਚੜਿਆ। ਬੇਦੀ, ਇੱਥੇ ਥੀਏਟਰ ਤੁਹਾਨੂੰ ਲੱਗਦਾ ਵੀ ਥੀਏਟਰ ਦੇ ਇੱਥੇ ਕਿਸ ਸਟੇਜ 'ਤੇ ਆ ਅਮਰੀਕਾ ਦੇ ਵਿੱਚ? ਨਹੀਂ ਦੇਖੋ, ਸ਼ੌਕ ਦਾ ਕੋਈ ਮੁੱਲ ਨਹੀਂ। ਹੁਣ 5 ਦਿਨ ਕੰਮ ਕਰਕੇ ਜੋ ਥੀਏਟਰ ਦੇ ਰਿਹਰਸਲਾਂ ਕਰਦੇ ਹਾਂ, ਜਦੋਂ ਪਿਛਲੀ ਵਾਰੀ ਨਾਟਕ ਕੀਤਾ ਸੀ ਪੱਤਣਾਂ 'ਤੇ ਰੋਣ ਖੜੀਆਂ, ਅਤੇ ਉਹਨਾਂ ਦੇ ਜੋ ਰਾਈਟਰ ਸੀ ਸਰਬਜੀਤ ਔਲਖ, ਹੁਣ ਇਸ ਦੁਨੀਆ 'ਚ ਨਹੀਂ ਰਹੇ, ਅਤੇ ਉਹ ਆ ਕੇ ਹੈਰਾਨ ਹੋਏ ਕਿ ਅਮਰੀਕਾ 'ਚ ਇੰਨਾ ਤੁਸੀਂ ਕੰਮ ਕਰਦੇ ਹੋ ਅਤੇ ਰਿਹਰਸਲ, ਇੰਡੀਆ ਦਾ ਰਿਹਰਸਲ ਕੁਛ ਵੀ ਨਹੀਂ ਕਰਦੇ ਜਿੰਨਾ ਤੁਸੀਂ ਰਿਹਰਸਲ ਕਰਦੇ ਹੋ। ਹਾਲਾਂਕਿ ਇੱਥੇ ਟਾਈਮ ਬਹੁਤ ਘੱਟ ਹੁੰਦਾ ਉਸ ਟਾਈਮ 'ਚੋਂ ਵੀ, ਤੁਸੀਂ ਸੱਚ ਮੰਨੋ ਜਗਤਾਰ ਵੀ, ਅਸੀਂ ਜੋ ਕੰਮ 'ਤੇ ਹੁੰਦੇ ਹਾਂ, ਕੰਮ 'ਤੇ ਵੀ ਜਿਹੜਾ ਦੂਜਾ ਬੰਦਾ ਜਿਹਨਾਂ ਤੁਹਾਡਾ ਰੋਲ ਹੈ, ਉਹ ਅਸੀਂ ਕੰਮ ਦੇ ਉੱਤੇ ਵੀ ਰਿਹਰਸਲਾਂ ਕਰਦੇ
ਬਿਲਕੁਲ ਜਦੋਂ ਵੀ ਸਾਨੂੰ ਟਾਈਮ ਮਿਲਦਾ ਹਾਂ ਵੀ ਕਾਲ ਬਾਅਦ 'ਚ ਕਾਲ ਕਰਕੇ ਲਾ ਵੀ ਰਹਿਸਲ ਸ਼ੁਰੂ ਕਰੀਏ ਆਪਾਂ। ਨਹੀਂ ਇਹਦਾ ਕਾਰਨ ਕੀ ਆ, ਹਾਲਾਂਕਿ ਅੱਜ ਕੱਲ੍ਹ ਤਾਂ ਇੰਨੀ ਮਿਹਨਤ ਕਰਨ ਦਾ ਜ਼ਮਾਨਾ ਹੈ ਨਹੀਂ, ਅਸੀਂ ਵੀ ਹੁਣ ਕਿ ਥੀਏਟਰ ਕੀਤਾ, ਚਲੋ ਥੀਏਟਰ ਨਹੀਂ ਸੀ ਕਹਿ ਸਕਦੇ, ਉਹ ਇੱਕ ਮਨੋਰੰਜਨ ਹੋ ਸਕਦਾ, ਭਗਵੰਤ ਮਾਨ ਹੋਣਾ ਅਸੀਂ ਬਾਹਰਲੇ ਮੁਲਕਾਂ 'ਚ ਡਰਾਮੇ ਇੱਦਾਂ ਦੇ ਲੈ ਕੇ ਆਏ ਸੀਗੇ, ਬਹੁਤ ਸਾਰੇ ਕਲਾਕਾਰਾਂ ਨੇ ਵੀ ਲਿਆਂਦੇ ਥੀਏਟਰ, ਡਰਾਮਾ ਕਹਿੰਦੇ ਸੀ ਪਲੇ ਲੈ ਕੇ ਚੱਲੇ, ਪਲੇ ਲੈ ਕੇ ਚੱਲੇ, ਪਰ ਬੇਸਿਕਲੀ ਪਲੇ ਹੁੰਦਾ ਨਹੀਂ ਸੀ, ਉਹ ਇੱਕ ਮਨੋਰੰਜਨ ਦਾ ਸਾਧਨ ਹੁੰਦਾ ਸੀ ਬਿਲਕੁਲ, ਕਿਉਂਕਿ ਸਾਡੀਆਂ ਵੀ ਅਸੀਂ ਗੱਲ ਕਰੀਏ ਹਾਲਾਂਕਿ ਅਸੀਂ ਸਾਡੀ ਕੋਈ ਬਾਲੀਆਂ ਰੈਸਲਾਂ ਹੁੰਦੀਆਂ ਨਹੀਂ ਸੀ, ਬਹੁਤ ਘੱਟ ਰੈਸਲਾਂ ਹੁੰਦੀਆਂ ਸੀ। ਤੁਸੀਂ ਇੱਕ ਅਸੀਂ ਪ੍ਰੋਫੈਸ਼ਨਲ ਸੀ, ਸਾਨੂੰ ਪੈਸੇ ਮਿਲਣੇ ਉਸ ਚੀਜ਼ ਦੇ, ਤੁਹਾਨੂੰ ਪਤਾ ਕਿ ਪੈਸੇ ਵੀ ਨਹੀਂ ਮਿਲਣੇ, ਪੱਲੋ ਵੀ ਦਾਖਲਾ ਲੱਗ ਸਕਦੇ ਆ, ਬਿਲਕੁਲ ਬਿਲਕੁਲ, ਤੇ ਫਿਰ ਵੀ ਇੰਨੀ ਮਿਹਨਤ ਕਰਨ ਦਾ ਕਾਰਨ ਕੀ ਆ? ਇੱਕ ਸ਼ੌਕ, ਸ਼ੌਕ ਦਾ ਕੋਈ ਮੁੱਲ ਨਹੀਂ। ਜਦੋਂ ਆਪਣਾ ਕੋਈ ਵੀ ਪਲੇ ਆਉਂਦਾ ਲਗਭਗ ਵੀਕਐਂਡ 'ਤੇ, ਅਸੀਂ ਮੈਂ ਘਰ ਕਹਿ ਦਿੰਦਾ ਵੀ ਵੀਕਐਂਡ 'ਤੇ ਮੈਨੂੰ ਛੇੜੋ ਨਾ ਤੁਸੀਂ, ਘਰਦੇ ਇਹ ਨਹੀਂ ਕਹਿੰਦੇ ਭੈਣ ਜੀ ਵੀ ਤੂੰ ਬਾਕੀ 5 ਦਿਨ ਤਾਂ ਦਫ਼ਤਰ 'ਚ ਕਹਿੰਦਾ ਵੀ ਇੱਥੇ ਨਹੀਂ ਖੇਡਿਓ, ਉਹ ਬੱਚੇ ਬਰਾਬਰ ਦੇ ਨੇ, ਠੀਕ ਹੈ ਬੱਚੇ ਬਰਾਬਰ ਦੇ ਨੇ, ਉਹ ਕਹਿੰਦੇ ਤੁਸੀਂ ਥੀਏਟਰ ਦਾ ਸ਼ੌਕ ਨਾ, ਨਹੀਂ ਫਿਰ ਕਈ ਵੀ ਸਟੇਜ ਆ ਜਾਂਦੀ ਹੈ ਮੇਰੇ ਵਾਂਗੂ ਜਿਵੇਂ ਵੀ ਭਾਈ ਹੁਣ ਤਾਂ ਚੱਲ ਤੂੰ ਬਾਹਰ ਹੀ ਰਵੇ ਚੰਗਾ। ਅੱਛਾ, ਅਤੇ ਉਸ ਤੋਂ ਬਾਅਦ ਉਹ ਜਦੋਂ ਆਪਣਾ ਡਰਾਮਾ ਤਿਆਰ ਹੋ ਜਾਂਦਾ ਨਾ, ਜੋ ਸਟੇਜ 'ਤੇ ਦੇਖਦੇ ਨੇ, ਫਿਰ ਉਹ ਦੇਖਦੇ ਨੇ ਵਾਕਈ ਮਿਹਨਤ ਕਰਦੇ ਨੇ, ਦਿਨ ਰਾਤ ਲੱਗੇ ਰਹਿਣਾ, ਰਾਤ 11-11 ਵਜੇ ਤੱਕ, 12-12 ਵਜੇ ਤੱਕ ਲੱਗੇ ਰਹਿਣਾ, ਫਿਰ ਸਵੇਰ ਉੱਠ ਕੇ ਫਿਰ ਰਿਹਰਸਲਾਂ ਕਰਨੀਆਂ, ਅਤੇ ਮਿਹਨਤ ਤਾਂ ਬਹੁਤ ਆਉਂਦੀ ਹੈ ਲਾਈਵ ਥੀਏਟਰ ਕਰਨਾ। ਅਸੀਂ ਜਦੋਂ ਪਹਿਲਾਂ ਕਾਲ ਵਿੱਚ ਹੁੰਦੇ ਸੀ ਅਸੀਂ ਤੁਹਾਨੂੰ ਦੇਖਦੇ ਹੁੰਦੇ ਸੀ, ਅੱਛਾ ਭਗਵੰਤ ਮਾਨ ਤੇ ਜਗਤਾਰ ਜਗਵੀਰ ਤੁਹਾਨੂੰ ਦੇਖਦੇ ਹੁੰਦੇ ਸੀ, ਨਹੀਂ ਇੰਨੇ ਪੁਰਾਣੇ ਤਾਂ ਨਹੀਂ ਅਸੀਂ ਭਾਜੀ, ਨਹੀਂ ਨਹੀਂ ਮਤਲਬ ਇੰਨਾ ਪੁਰਾਣਾ, ਮੈਂ ਛੋਟਾ ਨਹੀਂ ਕਿਹਾ ਮੈਂ ਛੋਟਾ ਸੀ, ਹਾਏ ਤਾਂ ਆਪਾਂ ਇੱਕੋ ਹਾਂ ਆਪਣਾ ਜਦੋਂ ਅਸੀਂ ਉਦੋਂ ਦੇਖਦੇ ਹੁੰਦੇ ਸੀ। ਅੱਛਾ ਅੱਛਾ ਅੱਛਾ, ਅਤੇ ਮੈਂ ਕਾਲਜ ਤੋਂ ਸ਼ੌਕ ਜਾਗਿਆ, ਫਿਰ 89 'ਚ ਮੈਂ ਪਹਿਲਾਂ ਪਲੇ ਕੀਤਾ ਜਦੋਂ ਮੈਂ ਆਰਮੀ 'ਚ ਗਿਆ, ਆਰਮੀ 'ਚ 17 ਈਅਰ ਜੋਬ ਕੀਤੀ ਹੈ। ਅੱਛਾ, ਹਾਂਜੀ ਮੈਂ ਆਰਮੀ ਮੈਡੀਕਲ ਕੋਰ ਦੇ ਵਿੱਚ ਸੀ, ਫਿਜ਼ੀਕਲ ਥੈਰਾਪੀ ਦਾ ਕੀਤਾ ਸੀ ਮੈਂ, ਉੱਥੇ ਹਰ ਸਾਲ ਸਾਡਾ ਰੇਜ਼ਿੰਗ ਡੇ ਮਨਾਇਆ ਜਾਂਦਾ ਸੀ ਕੋਰ ਦਾ, ਅਤੇ ਉਹਦੇ ਨਾਲ ਕੀ ਹੁੰਦਾ ਸੀ ਜਿੰਨਾਂ ਇਹ ਨਾਟਕ ਕਰਨਾ ਕੋਈ ਸਕਿੱਟਾਂ ਕਰਨੀਆਂ ਉਹਨਾਂ ਫਿਰ ਮੇਰੀ ਡਿਊਟੀ ਲਾ ਦੇਣੀ। ਅੱਛਾ, ਵੀ ਤੁਸੀਂ ਕਰਨਾ, ਅਤੇ ਫਿਰ ਗੁਰਸ਼ਰਨ ਭਾਈ ਦੇ ਨਾਟਕ ਅਸੀਂ ਟੋਆ, ਇਹਨੂੰ ਹਿੰਦੀ 'ਚ ਖੇਡਿਆ ਸੀ ਗੱਡਾ, ਟੋਏ ਨੂੰ ਮਤਲਬ ਹਿੰਦੀ ਤੁਸੀਂ ਟ੍ਰਾਂਸਲੇਟ ਵੀ ਗੱਡਾ, ਅਤੇ ਉਹ ਟੋਟਲੀ ਸਾਰਾ ਮੇਰੇ ਹੁਣ ਵੀ ਇੱਕ ਇੱਕ ਡਾਇਲੋਗ ਉਹਦਾ ਯਾਦ ਨੇ ਸਾਰੇ ਸ਼ੁਰੂ ਤੋਂ ਲੈ ਕੇ ਲਾਸਟ ਤੱਕ। ਕੀ ਖਾਸੀਅਤ ਸੀ ਉਸ ਨਾਟਕ ਦੇ ਵਿੱਚ? ਬਹੁਤ ਮਸ਼ਹੂਰ ਨਾਟਕ ਹੋਇਆ, ਚੰਡੀਗੜ੍ਹ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੇ ਦੇਖਿਆ। ਉਹਦੇ ਨਾਲ ਸਮਾਜ ਦੇ ਵਿੱਚ ਜੋ ਘਟਨਾ ਵਾਪਰਦੀਆਂ ਨੇ, ਚਾਹੇ ਉਹ ਪੁਲਿਸ ਦੀ ਹੋਵੇ, ਚਾਹੇ ਉਹ ਧਾਰਮਿਕ ਦੀ ਹੋਵੇ, ਚਾਹੇ ਉਹ ਪੋਲੀਟੀਕਲ ਲੀਡਰ ਦੀ ਹੋਵੇ, ਸਾਰੋ 'ਚ ਦਿਖਾਇਆ ਗਿਆ ਕਿ ਗਰੀਬ ਜਨਤਾ ਦੇ ਨਾਲ ਹਰੇਕ ਕਿਵੇਂ ਪਲੇ ਕਰਦੇ ਨੇ, ਕਿਵੇਂ ਖੇਡਦੇ ਨੇ, ਉਹਨੂੰ ਲਾਰੇ ਲਾਉਂਦੇ ਨੇ ਕਿ ਗਰੀਬ ਜਨਤਾ ਨੂੰ ਬਾਹਰ ਕਿਵੇਂ ਕੱਢਣਾ, ਉਹ ਹੱਲ ਨਹੀਂ ਦੱਸਦੇ। ਟੋਏ 'ਚ ਸਿੱਟ ਦਿੰਦੇ ਨੇ, ਗਰੀਬੀ ਦੇ ਟੋਏ ਸਿੱਟਦਾ, ਗਰੀਬੀ ਦੇ ਟੋਏ 'ਚ ਕਹਿ ਲਓ ਚਾਹੇ, ਹਾਂਜੀ ਠੀਕ ਹੈ, ਉਹ ਗਰੀਬੀ ਦੇ ਟੋਏ 'ਚ ਕਿਵੇਂ ਕੱਢਦੇ ਨੇ, ਜਿਹੜਾ ਪੁਲਿਸ ਵਾਲਾ ਆਉਂਦਾ ਅਤੇ ਉਹ ਲਾਰੇ ਲਾਉਂਦਾ, ਲਾਰੇ ਲਾਉਂਦਾ ਉਹ ਜਿਹੜੇ ਰੋਜ਼ ਆਉਂਦਾ ਕਿ ਮੈਂ ਤੈਨੂੰ ਚਲਾਂ ਕੱਢ ਦਊਂ, ਤੂੰ ਥਾਣੇ ਆ ਜਾਊ, ਕਿ ਮੈਨੂੰ ਕੱਢ ਤਾਂ ਲੈ ਪਹਿਲਾਂ, ਉਹ ਕਹਿੰਦਾ ਕੱਢਣਾ ਸਾਡਾ ਕੰਮ ਨਹੀਂ, ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਨੇ, ਫਿਰ ਤੂੰ ਦੇਖ ਲਾਂਗੇ। ਇਸ ਤਰ੍ਹਾਂ ਹੀ ਧਾਰਮਿਕ ਲੀਡਰ ਸਾਰੇ ਉਹਨੂੰ ਲਾਰੇ ਲਾਉਂਦੇ ਨੇ। ਇਹਦੇ 'ਚ ਜਿੰਨੇ ਅਸੀਂ ਆਰਮੀ ਖੇਡਿਆ ਇਹ ਨਾਟਕ, ਬੜਾ ਵਧੀਆ ਕੀਤਾ ਉਹਨਾਂ ਨੇ। ਅੱਛਾ, ਅਤੇ ਫਿਰ ਸਕਿੱਟਾਂ ਕਰਨੀਆਂ, ਯਾਨੀ 89 'ਚ ਮੇਰਾ ਪਹਿਲਾ ਡਰਾਮਾ ਸੀ ਮਿਲਟਰੀ ਹੋਸਪਿਟਲ ਸਾਗਰ, ਮੱਧ ਪ੍ਰਦੇਸ਼ 'ਚ। ਮੱਧ ਪ੍ਰਦੇਸ਼, ਹਾਂਜੀ, ਉਹ ਪਹਿਲਾ ਡਰਾਮਾ ਸੀ ਮੇਰਾ ਉੱਥੇ। ਹਿੰਦੀ ਹੋਏਗਾ ਉਹ? ਹਿੰਦੀ। ਅੱਛਾ, ਗੱਡਾ ਹਿੰਦੀ ਫਸਤੀ ਤਾਂ ਨਹੀਂ ਸੀ? ਨਹੀਂ ਹਿੰਦੀ ਨਹੀਂ, ਨਹੀਂ ਭਜਾਤੇ ਤੇ ਹਮ ਹਿੰਦੀ ਕੋ ਤਾਂ ਨਹੀਂ, ਕੋਈ ਪ੍ਰੋਬਲਮ ਨਹੀਂ ਸੀ, ਕੋਈ ਪ੍ਰੋਬਲਮ। ਉਹ ਤੁਹਾਡੀ ਪ੍ਰੋਬਲਮ ਤਾਂ ਨਹੀਂ ਸੀਗੀ, ਤੁਸੀਂ ਮਾਹੌਲ ਉਹ ਚੱਲ ਗਏ, ਸਾਰੇ ਇਹ ਸਾਰੇ ਹਿੰਦੁਸਤਾਨ ਤੋਂ ਆਰਮੀ 'ਚ ਲੋਕ, ਬਾਕੀ ਸਾਡੇ ਜਿਹੜੇ ਆਰਟਿਸਟ ਨੇ ਦੂਜੇ ਹਿੰਦੀ ਵਾਲੇ ਹੁੰਦੇ ਸੀ, ਉਹ ਅਸੀਂ ਤਾਂ ਸਿਰਫ 2 ਜਣੇ ਹੁੰਦੇ ਸੀ ਪੰਜਾਬੀ, ਬਾਕੀ ਦੂਜੇ ਹਿੰਦੀ ਵਾਲੇ ਲੈਂਦੇ ਨਾਲ ਅਸੀਂ। ਅੱਛਾ 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 ਅੱਛਾ, ਅਤੇ ਲਗਭਗ 89 ਤੋਂ ਲੈ ਕੇ 2004 ਤੱਕ ਆਰਮੀ 'ਚ ਖੇਡੇ ਪਲੇ, ਸਾਰੇ ਸਕਿੱਟਾਂ ਕੀਤੀਆਂ, ਅਤੇ ਫਿਰ ਜਿਉਂ ਇੱਥੇ ਅਮਰੀਕਾ 'ਚ ਆਏ, 2 ਸਾਲ ਤਾਂ ਨਹੀਂ ਪਤਾ ਲੱਗਿਆ ਆ ਕੇ ਕੰਮ 'ਚ। ਅੱਛਾ, ਜਦੋਂ ਆਪਣੇ ਸੁਰਿੰਦਰ ਧਨੋਆ ਭਾਜੀ ਉਹਨਾਂ ਦਾ ਪਹਿਲਾ ਨਾਟਕ ਸੀ ਸਰਦਲ ਦੇ ਆਰਪਾ, ਅਤੇ ਮੈਂ ਦੇਖਿਆ, ਮੈਂ ਕਿਹਾ ਭਾਅ ਜੀ ਵੀ ਸ਼ੌਕ ਤਾਂ ਮੈਨੂੰ ਵੀ ਹੈ, ਕਹਿੰਦੇ ਆ ਜਾਓ ਫਿਰ। ਜੋ ਦੇਖਿਆ ਕਹਿੰਦੇ ਭਾਅ ਜੀ, ਕਹਿੰਦੇ ਦਰਸ਼ਨ ਸਿੰਘ ਪਹਿਲਾਂ ਵੀ ਕੀਤਾ, ਮੈਂ ਕਿਹਾ ਭਾਅ ਜੀ 9 ਸਾਲ ਹੋ ਗਏ ਕਰਦੇ। ਫਿਰ ਉਸ ਤੋਂ ਲਗਾਤਾਰ ਆਪਣੇ ਸੁਰਿੰਦਰ ਸਿੰਘ ਧਨੋਆ ਭਾਅ ਜੀ ਨਾਲ ਜੁੜੇ ਹੋਏ ਸੀ, ਸਾਰੇ ਨਾਟਕ ਇੱਥੇ ਕੀਤੇ, ਅਤੇ ਇੱਕ ਤਾਂ ਸ਼ੋਰਟ ਮੂਵੀ ਅੱਜ ਵੀ ਮੌਕਾ ਮਿਲਿਆ ਕੰਮ ਕਰਨ ਦਾ। ਠੀਕ ਹੈ ਜੀ, ਫਿਰ ਤਾਂ ਰਹਿ ਨਹੀਂ ਗਿਆ, ਤੁਹਾਡੀ ਮੂਵੀ ਉਹ ਬਹੁਤ ਵਧੀਆ ਸੀਗੀ ਜਿਹੜੀ ਬਿਰਧ ਆਸ਼ਰਮ ਜਸ ਪੰਜਾਬੀ ਤੇ ਵੀ ਅਸੀਂ ਦਿਖਾਈ ਸੀ। ਹਾਂਜੀ ਹਾਂਜੀ, ਬਹੁਤ ਵਧੀਆ ਮੂਵੀ, ਲੋਕਾਂ ਨੇ ਬਹੁਤ ਪਸੰਦ ਕੀਤੀ ਸੀ ਇਹ ਅੱਜ ਕੱਲ੍ਹ ਦੇ ਹਾਲਾਤਾਂ ਦੇ। ਚਲੋ, ਦਰਸ਼ਨ ਸਿੰਘ ਜੀ ਸਾਡੇ ਨਾਲ ਨੇ, ਦਰਸ਼ਨ ਸਿੰਘ ਕਹਿਲ ਸਾਹਿਬ, ਵੈਸੇ ਵੀ ਇੱਥੋਂ ਸਾਡੇ ਗੁਆਂਢੀ ਵੀ ਹੈਗੇ ਆ, ਘਰ ਵੀ ਨੇੜੇ ਹੀ, ਆਵਾਜ਼ ਮਾਰੀਏ ਤਾਂ ਆਵਾਜ਼ ਸੁਣ ਪੈਂਦੀ ਇਹਨਾਂ ਨੂੰ, ਅਤੇ ਅੱਜ ਇਸੇ ਕਰਕੇ ਫਿਰ ਇਹਨਾਂ ਨੂੰ ਫਟਾਫਟ ਆਵਾਜ਼ ਮਾਰੀ ਵੀ ਆਓ ਆਪਾਂ ਅੱਜ ਗੱਲਾਂ ਪਤਾ ਕਰੀਏ। ਅਤੇ ਇੱਥੋਂ ਦੀ ਹੋਰ ਵੀ ਬਹੁਤ ਮਹਾਨ ਹਸਤੀਆਂ ਹੈਗੀਆਂ ਨੇ ਇਸ ਫੀਲਡ ਦੇ ਵਿੱਚ, ਵੈਸੇ ਸਾਰੇ ਕੰਮਾਂ ਕਾਰਾਂ 'ਚ ਆਪਣੇ ਰੁੱਝੇ ਹੋਏ ਨੇ, ਪਰ ਫਿਰ ਵੀ ਥੀਏਟਰ ਨੂੰ ਇਸ ਰੰਗ ਮੰਚ ਨੂੰ ਜ਼ਿੰਦਾ ਰੱਖਣ ਲਈ ਜਾਂ ਇਸ ਰੰਗ ਮੰਚ ਨੂੰ ਉੱਚਾ ਚੱਕਣ ਲਈ ਤਤਪਰ ਨੇ ਇਹੋ ਜਿਹੇ ਬਹੁਤ ਸਾਰੇ ਲੋਕ ਇੱਥੇ ਬੈਠੇ ਨੇ, ਗਾਹੇ ਵਗਾਹੇ ਜ਼ਰੂਰ ਤੁਹਾਡੇ ਨਾਲ
ਅਤੇ ਅੱਜ ਦਰਸ਼ਨ ਸਿੰਘ ਜੀ ਨਾਲ ਗੱਲਬਾਤ ਹੋ ਰਹੀ ਹੈ, ਅਤੇ ਉਸ ਤੋਂ ਬਾਅਦ ਫਿਰ ਅਸੀਂ ਕੋਸ਼ਿਸ਼ ਕਰਾਂਗੇ ਇੱਕ ਅੱਧਾ ਹੋਰ ਫੋਨ 'ਤੇ ਵੀ ਕੋਈ ਨਾ ਕੋਈ ਆਰਟਿਸਟ ਲੈ ਕੇ ਉਹਨਾਂ ਨਾਲ ਗੱਲਬਾਤ ਕਰੀਏ। ਫਿਲਹਾਲ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹੈ ਜੀ। ਅੱਜ ਮਜ਼ਾ ਬੜਾ ਆ ਰਿਹਾ ਗੱਲਾਂ ਬਾਤਾਂ ਕਰਕੇ, ਕਿਉਂਕਿ ਜਿਸ ਚੀਜ਼ ਦੇ ਨਾਲ ਬੰਦਾ ਜੁੜਿਆ ਹੋਵੇ ਨਾ, ਜੇ ਬੇਸ, ਅਸੀਂ ਕਹਿੰਦੇ ਵੀ ਕੋਈ ਕਿਸੇ ਚੀਜ਼ ਦਾ ਬੇਸ, ਕਿਸੇ ਮਕਾਨ ਦੀ ਨੀਂਹ ਜਿਹੜੀ ਆ ਉਹ ਮਜ਼ਬੂਤ ਹੋਏਗੀ, ਤਾਂ ਉੱਤੇ ਚਾਹੇ ਅਸੀਂ 100 ਮੰਜ਼ਿਲਾਂ ਦੀ ਬਿਲਡਿੰਗ ਖੜੀ ਕਰ ਲਈਏ, ਬਿਲਡਿੰਗ ਕਿਤੇ ਹਿਲਦੀ ਨਹੀਂ। ਸੋ ਮੈਂ ਆਪਣੀ ਗੱਲ ਕਰਾਂ ਤਾਂ ਮੇਰੇ ਵਾਸਤੇ ਵੀ ਮੇਰੀ ਨੀਂਹ ਜਿਹੜੀ ਹੈਗੀ ਆ ਥੀਏਟਰ ਹੀ ਹੈਗਾ। ਸਟੇਜ ਜਿਹੜੀ ਹੈਗੀ ਆ, ਸਟੇਜਾਂ ਤੋਂ ਸ਼ੁਰੂ ਹੋਏ ਸੀਗੇ ਅਤੇ ਉਸ ਤੋਂ ਬਾਅਦ ਇੱਥੋਂ ਤੱਕ ਪਹੁੰਚੇ ਹਾਂ। ਸੋ ਇਸ ਕਰਕੇ ਬੜਾ ਵਧੀਆ ਲੱਗ ਰਿਹਾ ਅੱਜ ਦਰਸ਼ਨ ਭਾਈ ਨਾਲ ਗੱਲਬਾਤ ਕਰਕੇ। ਇੱਕ ਵਾਰ ਫਿਰ ਸਵਾਗਤ ਹੈ। ਅਤੇ ਪਹਿਲਾ ਫਿਲੇ ਤੁਸੀਂ ਦੱਸਿਆ ਫਿਰ 1999 ਵਿੱਚ ਖੇਡਿਆ? ਹਾਂਜੀ, ਮਿਲਟਰੀ ਹੋਸਪਿਟਲ ਸਾਗਰ ਮੱਧ ਪ੍ਰਦੇਸ਼ 'ਚ। ਅੱਛਾ, ਅਤੇ ਫਾਦਰ ਸਾਹਿਬ ਕੀ ਕਰਦੇ ਸੀ? ਉਹਨਾਂ ਨੂੰ ਵੀ ਕਿਸੇ ਨੂੰ ਸ਼ੌਕ ਹੈਗਾ ਪਰਿਵਾਰ ਦੇ ਵਿੱਚ? ਨਹੀਂ ਜੀ, ਹੋਰ ਕਿਸੇ ਨੂੰ ਨਹੀਂ। ਅੱਛਾ, ਉਹਨਾਂ ਨੂੰ ਨਹੀਂ ਸੀਗਾ? ਨਹੀਂ, ਬਿਲਕੁਲ ਕਿਸੇ ਪਰਿਵਾਰ 'ਚ ਕਿਸੇ ਨੂੰ। ਹਾਂ, ਬ੍ਰਦਰ ਨੂੰ ਗਾਉਣ ਦਾ ਸ਼ੌਕ ਬਹੁਤ ਸੀ। ਅੱਛਾ, ਅਤੇ ਹੁਣ ਇਸ ਦੁਨੀਆ 'ਚ ਨਹੀਂ ਰਹੇ, ਪਰ ਸ਼ੌਕ ਗਾਉਣ ਦਾ ਸ਼ੌਕ ਉਹਨਾਂ ਨੂੰ ਬਹੁਤ ਸੀ। ਤੂੰਬੀ, ਤਬਲਾ, ਢੋਲਕੀ, ਕਾਫੀ ਉਹਨਾਂ ਦਾ ਸ਼ੌਕ ਸੀ। ਅੱਛਾ, ਜੇ ਹੁਣ ਆਪਾਂ ਥੀਏਟਰ ਦੀ ਗੱਲ ਕਰੀਏ, ਵੀ ਜਦੋਂ ਤੁਸੀਂ ਕਰਦੇ ਸੀ ਥੀਏਟਰ, ਜਦੋਂ ਮਿਲਟਰੀ ਦੇ ਵਿੱਚ ਕਰਦੇ ਸੀ, ਮੀਡੀਆ ਉਦੋਂ ਇੰਨਾ ਨਹੀਂ ਸੀ ਹੁੰਦਾ ਹੋਏਗਾ? ਨਹੀਂ, ਸੋਸ਼ਲ ਮੀਡੀਆ ਤਾਂ ਹੈ ਹੀ ਨਹੀਂ ਸੀ। ਨਹੀਂ ਨਹੀਂ, ਬਿਲਕੁਲ ਨਹੀਂ ਜੀ। ਫਿਰ ਵੀ ਤੁਹਾਡੇ ਪਰਿਵਾਰ ਨੂੰ ਜਦੋਂ ਫਾਦਰ ਸਾਹਿਬ ਉਹਨਾਂ ਨੂੰ ਖਾਸ ਤੌਰ 'ਤੇ ਪਤਾ ਲੱਗਦਾ ਸੀ ਵੀ ਇੱਦਾਂ ਵੀ ਕਰਦੇ ਆ ਤੁਸੀਂ, ਤਾਂ ਕੀ ਰਿਐਕਸ਼ਨ ਹੁੰਦਾ ਸੀ? ਉਹ ਬਹੁਤ ਖੁਸ਼ ਹੁੰਦੇ ਸੀ। ਜਦੋਂ ਪਹਿਲਾਂ 89 ਦੇ ਬੱਚਿਆਂ ਨੇ ਮੇਰੇ ਨੇ 94 'ਚ ਪਹਿਲਾਂ ਡਰਾਮਾ ਦੇਖਿਆ ਜੋ ਆਰਮੀ 'ਚ ਮੇਰੇ ਨਾਲ ਗਏ ਨੇ, ਉਹ ਜਦੋਂ ਮੈਂ ਸਟੇਜ 'ਤੇ ਸੀ, ਸਾਨੂੰ ਕਹਿੰਦੇ ਇਹ ਡਰ ਲੱਗ ਰਿਹਾ ਸੀ ਡੈਡੀ ਕਿਤੇ ਭੁੱਲ ਨਾ ਜਾਣ। ਅੱਛਾ, ਅਤੇ ਕਹਿੰਦੇ ਅਸੀਂ ਹੈਰਾਨ ਵੀ ਪਹਿਲੀ ਵਾਰ ਤੁਹਾਨੂੰ ਦੇਖਿਆ ਸਟੇਜ 'ਤੇ, ਅਤੇ ਬੜੇ ਖੁਸ਼ ਹੋ ਉਸ ਤੋਂ ਬਾਅਦ। ਇਸ ਕਰਕੇ ਹੁਣ ਜਦੋਂ ਪਹਿਲਾ ਡਰਾਮਾ ਆਉਂਦਾ, ਜਿਵੇਂ ਪਿੱਛੇ ਆਪਣੇ ਸਿੰਘ ਸੂਰਮੇ ਆਇਆ ਸੀ ਅਤੇ ਲੀਡ ਰੋਲ ਸੀ, ਕਾਫੀ ਐਕਸਾਈਟਡ ਹੋਏ, ਬਹੁਤ ਮਿਹਨਤ ਹੈ, ਬਹੁਤ ਉਹ 'ਚ ਮਿਹਨਤ ਕੀਤੀ ਅਤੇ ਬਹੁਤ ਸੋਹਣਾ ਰੋਲ ਹੈ। ਆਪਾਂ ਇੱਕ ਵਾਰ ਫਿਰ ਪਿੱਛੇ ਚੱਲਦੇ ਹਾਂ 1999 ਦੇ। ਪਹਿਲੀ ਵਾਰ ਡਰਾਮਾ ਕੀਤਾ ਮੈਂ ਵੀ, ਮੇਰੇ ਖਿਆਲ 1988-99 ਦੇ ਵਿੱਚ ਪਹਿਲੀ ਵਾਰ ਕੀਤਾ ਸੀ, 90 'ਚ ਕੀਤਾ ਸੀ ਪਹਿਲੀ ਵਾਰ ਜਦੋਂ ਡਰਾਮਾ ਕੀਤਾ, ਅਤੇ ਉਦੋਂ ਕੀ ਰਿਐਕਸ਼ਨ ਸੀ? ਫਿਰ ਮੈਂ ਆਪਣਾ ਬਾਅਦ ਦੱਸਦਾ। ਨਹੀਂ, ਉਦੋਂ ਜਿਹੜਾ ਮੇਰਾ ਰੋਲ ਸੀ, ਉਸ ਰੋਲ ਤੋਂ ਡਰ ਤਾਂ ਬੜਾ ਲੱਗਦਾ ਸੀ ਪਹਿਲੀ ਵਾਰ ਸਟੇਜ 'ਤੇ ਚੜ੍ਹੇ, ਪਰ ਜਦੋਂ ਨਾਟਕ ਹੋ ਗਿਆ ਅਤੇ ਆਪਣੇ ਆਪ ਨੂੰ ਲੱਗੇ ਯਾਰ ਵਾਕਈ ਮੈਨੂੰ ਕੁਛ ਹੈ ਲੱਗਦਾ, ਸ਼ੌਕ ਹੈ, ਮੇਰਾ ਸ਼ੌਕ ਪੂਰਾ ਹੋਇਆ। ਫਿਰ ਗੁਰਸ਼ਰਨ ਭਾਅ ਜੀ, ਉਹਨਾਂ ਨੂੰ ਪਿੱਛੇ ਦੇਖਣਾ, ਉਹਨਾਂ ਨੂੰ ਵੀ ਇਹ ਰੋਲ ਜਿਹੜਾ ਹੁੰਦਾ ਵੀ ਕਿੰਨਾ ਰੋਲ ਵਧੀਆ ਕਰਦੇ ਨੇ, ਜਿਸ ਰੋਲ ਦਿੰਦੇ ਨੇ ਉਹਦੇ ਵਿੱਚ ਖੁੱਭ ਜਾਂਦੇ ਨੇ। ਅੱਛਾ, ਇੱਥੇ ਇੱਕ ਹੋਰ ਸਵਾਲ ਹੁੰਦਾ ਵੀ ਮੱਧ ਪ੍ਰਦੇਸ਼ 'ਚ ਉੱਥੇ ਫਿਰ ਤੁਸੀਂ ਉੱਥੇ ਗੁਰਸ਼ਰਨ ਭਾਅ ਜੀ ਤਾਂ ਪੰਜਾਬ ਸੀਗੇ, ਹਾਂ, ਉੱਥੇ ਕੌਣ ਕਰਦਾ ਸੀ, ਉੱਥੇ ਡਾਇਰੈਕਟ ਕੌਣ ਕਰਦਾ ਸੀ? ਨਹੀਂ, ਉੱਥੇ ਮੈਂ ਹੀ ਡਾਇਰੈਕਟਰ ਸੀ, ਮੈਂ ਹੀ ਐਕਟਰ ਸੀ, ਹੋਰ ਉਹਨਾਂ ਨੂੰ ਪਤਾ ਨਹੀਂ ਸੀ। ਅੱਛਾ, ਜੇ ਮੈਂ ਫਿਰ ਉਹਨੂੰ ਨਕਲ ਕੀਤੀ ਗੁਰਸ਼ਰਨ ਭਾਅ ਜੀ ਦੀ, ਜਿਵੇਂ ਗੁਰਸ਼ਰਨ ਭਾਅ ਜੀ ਦਾ ਰੋਲ ਜਿਸ ਤਰ੍ਹਾਂ ਕਹਿੰਦੇ ਨੇ ਉਹਨਾਂ ਨੂੰ ਵੀ ਤੁਸੀਂ ਫੇਸ 'ਤੇ ਐਕਸਪ੍ਰੈਸ਼ਨ ਇਸ ਤਰ੍ਹਾਂ ਲੈਣੇ ਨੇ, ਫਿਰ ਉਸ ਤਰ੍ਹਾਂ ਉਹਨਾਂ ਨੂੰ ਮੈਂ ਕਹਿਣਾ ਵੀ ਇਸ ਤਰ੍ਹਾਂ ਕਰਨਾ, ਤੂੰ ਇੱਧਰੋਂ ਐਂਟਰੀ ਕਰ, ਤੂੰ ਐਗਜ਼ਿਟ ਇੱਧਰੋਂ ਕਰਨਾ, ਅਤੇ ਸੇਮ ਟੂ ਸੇਮ ਅਸੀਂ ਕਾਪੀ ਕੀਤੀ। ਅੱਛਾ, ਅਸੀਂ ਜਦੋਂ ਮੈਂ ਤੇਰਾ ਸਵਾਬ ਕੀ ਬਣਿਆ ਸੀਗਾ, ਪਹਿਲਾਂ ਜ਼ਿਕਰ ਕੀਤਾ ਸਾਡੇ ਦਰਸ਼ਕਾਂ ਨਾਲ, ਮੇਰਾ ਸਵਾਬ ਜਿਹੜਾ ਬਣਿਆ ਸੀ ਉਹ ਇਹ ਸੀਗਾ ਕਿ ਮੈਂ ਮਕੈਨਿਕੀ ਜਿਵੇਂ ਕਰਦਾ ਸੀ, ਠੀਕ ਹੈ, ਚੰਡੀਗੜ੍ਹ 'ਚ, ਅਤੇ ਇੱਕ ਡਾਇਰੈਕਟਰ ਹੁੰਦੇ ਸੀ ਜਸਵੀਰ ਸਿੰਘ ਆਹਲੂਵਾਲੀਆ, ਨਹਿਰੂ ਯੁਵਕ ਕੇਂਦਰ ਦੇ, ਉਹਨਾਂ ਦੇ ਮੋਟਰਸਾਈਕਲ ਦੀ ਚੈਨ ਪੂਰੇ ਚੰਡੀਗੜ੍ਹ 'ਚ ਕਿਸੇ ਕੋਲ ਸੂਤ ਨਹੀਂ ਆਉਂਦੀ ਸੀ। ਅੱਛਾ, ਤੁਸੀਂ ਕਰ ਦਿੰਦੇ ਸੀ? ਮੈਨੂੰ ਹਾਂ, ਉਹ ਰੇੜ ਕੇ ਵੀ ਲਿਆਉਣਾ ਉਹਨੇ ਕਈ ਵਾਰੀ, ਮੋਟਰਸਾਈਕਲ ਪੁਰਾਣਾ ਜਿਹਾ ਸੀਗਾ, ਟਿਪੀਕਲ ਜਿਹਾ ਜਾਵਾ ਉਹ। ਫਿਰ ਮੈਂ ਗੱਲ, ਮੈਨੂੰ ਸ਼ੌਕ ਸੀ, ਮੈਂ ਟਗੋਰ ਥੀਏਟਰ ਪ੍ਰੋਗਰਾਮ ਕਰ ਦੇਖਣ ਜਾਣਾ, ਕੋਈ ਮੁਹੰਮਦ ਰਫੀ ਨਾਈਟ ਹੋਣੀ ਜਾਂ ਹੋਰ ਉੱਥੇ ਲੋਕਲ ਆਰਟਿਸਟ ਕਰਦੇ ਸੀ, ਦੇਖਣ ਜਾਂਦਾ ਮੈਂ ਗੱਲਾਂ ਕਰਨੀਆਂ, ਉਹਨੇ ਹੁਣ ਗੱਲ ਕਰਨੀ, ਮੈਂ ਡਰਾਮੇ ਕਰਦਾ, ਮੈਂ ਗੱਲਾਂ ਕਰਨੀਆਂ, ਉਹਨੇ ਕਹਿੰਦਾ ਯਾਰ ਤੈਨੂੰ ਕਲਾਕਾਰਾਂ ਦੀ ਬੜੀ ਜਾਣਕਾਰੀ ਹੈ ਅਤੇ ਤੂੰ ਆ ਜਾਈ ਮੇਰੀ ਨਹਿਰੂ ਯੁਵਕ ਕੇਂਦਰ ਚੱਲਦੀ ਰਿਹਾ ਸਲਾਹ ਸੀ ਦੂਣ ਸਵਾਏ ਹੋਏ ਡਰਾਮੇ ਦੀ। ਅੱਛਾ, ਠੀਕ ਹੈ, ਪਹਿਲੀ ਵਾਰ ਉਹਨਾਂ ਨੇ ਮੈਨੂੰ ਰੋਲ ਦਿੱਤਾ ਛੋਟਾ ਜਿਹਾ ਸੀ ਮੁਨਾਦੀ ਵਾਲੇ ਦਾ, ਸੁਣੋ ਸੁਣੋ ਮੈਨੂੰ ਦੀ ਪਤਾ, ਸੁਣੋ ਤਿੰਨ ਐਂਟਰੀਆਂ ਸੀ ਛੋਟੀ ਛੋਟੀਆਂ, ਇੰਨੀਆਂ ਲੱਤਾਂ ਕੰਬੀਆਂ ਜਿਹਦਾ ਹਿਸਾਬ ਕੋਈ ਨਹੀਂ, ਬਿਲਕੁਲ ਹੋਣਾ, ਘੰਟੇ ਦੋ ਘੰਟੇ ਪ੍ਰੋਗਰਾਮ ਕਰਨਾ, ਹੁਣ ਤਾਂ ਲੱਗਦਾ ਹੀ ਕੁਛ ਨਹੀਂ, ਉਦੋਂ ਮੈਨੂੰ ਬਹੁਤ ਔਖਾ ਲੱਗਿਆ ਪਹਿਲੀ ਵਾਰ। ਬਾਕੀ ਤੁਹਾਨੂੰ ਵੀ ਇੱਦਾਂ ਲੱਗਿਆ? ਬਿਲਕੁਲ ਜੁਤਾ ਭਾਅ ਜੀ, ਲਾਈਵ ਕਰਨਾ ਬੜਾ ਔਖਾ। ਹਾਂ, ਜਿਸ ਤਰ੍ਹਾਂ ਆਪਣੇ ਨਿਊਯਾਰਕ ਕੀਤਾ ਸੀ ਨਾ ਆਪਣੇ ਗੁਰੂ ਮਾਨਿਓ ਗ੍ਰੰਥ, ਉਹਦੇ 'ਚ ਸਾਡੇ ਇੱਕ ਆਰਟਿਸਟ ਵੱਲੋਂ ਤੁਹਾਡਾ ਗਲਤ ਡਾਇਲੋਗ ਲਿਖਿਆ ਕਿਹਾ ਨਹੀਂ ਗਿਆ ਸੀ, ਉਦੋਂ ਉਹ ਜਿਹੜੇ ਆਡੀਅੰਸ ਵਿੱਚ ਸੀ ਉਹਨਾਂ ਨੇ ਕਿਹਾ ਤੂੰ ਗਲਤ ਕਿਹਾ, ਕਹਿੰਦਾ ਮਤਲਬ ਵੀ ਜੇ ਲਾਈਵ ਦੇ ਵਿੱਚ ਕੋਈ ਵਰਡ ਜਿਹੜਾ ਨਿਕਲ ਗਿਆ ਬਹੁਤ ਔਖਾ ਹੁੰਦਾ ਸਾਹਮਣਾ। ਅੱਛਾ, ਇੱਕ ਥੀਏਟਰ ਵਾਲੇ ਨੂੰ ਆਦਤ ਪੈਂਦੀ ਥੋੜ੍ਹਾ ਡਾਊਟ ਕਰਨ ਦੀ, ਬਿਲਕੁਲ, ਕਿਉਂਕਿ ਸਟੇਜ 'ਤੇ ਜਦੋਂ ਅਸੀਂ ਹੁਣ ਸਾਨੂੰ ਪਿੱਛੇ ਤੱਕ ਆਵਾਜ਼ ਸੁਣਾਉਣੀ ਪੈਂਦੀ ਹੈ, ਬਿਲਕੁਲ, ਪਿੱਛੇ ਤੱਕ ਐਕਸਪ੍ਰੈਸ਼ਨ ਦਿਖਾਉਣੇ ਪੈਂਦੇ, ਬਿਲਕੁਲ ਬਿਲਕੁਲ, ਫਿਰ ਜਦੋਂ ਅਸੀਂ ਫਿਲਮਾਂ 'ਚ ਕੰਮ ਕਰਨ ਦਾ ਮੌਕਾ ਮਿਲਦਾ ਤਾਂ ਉਹੀ ਆਦਤ ਪਈ ਹੁੰਦੀ ਹੈ, ਬਿਲਕੁਲ, ਅਤੇ ਜਦੋਂ ਫਿਰ ਤੁਸੀਂ ਟੀਵੀ 'ਤੇ ਹੁਣ ਬਣਾਈਆਂ ਵੀਡੀਓ ਵਗੈਰਾ, ਉਦੋਂ ਲੱਗਿਆ ਨਹੀਂ, ਉਦੋਂ ਫਰਕ ਮਹਿਸੂਸ ਹੋਇਆ ਨਹੀਂ ਵੀ ਯਾਰ ਉਹ ਚੀਜ਼ ਨਹੀਂ? ਇਹ ਸੌਖਾ ਲਾਈਵ ਔਖਾ, ਟੀਵੀ ਵਾਲਾ ਸੌਖਾ, ਟੀਵੀ ਵਾਲਾ ਸੌਖਾ। ਹਾਂ, ਮੈਂ ਜਦੋਂ ਮੈਂ ਵੀ ਸ਼ੁਰੂ ਸ਼ੁਰੂ 'ਚ ਕਰਦਾ ਸੀ, ਮੈਂ ਟੀਵੀ ਇੱਥੇ ਵੀ ਪ੍ਰੋਗਰਾਮ ਜਦੋਂ ਕੀਤਾ ਤਾਂ ਉੱਚੀ ਉੱਚੀ ਬੋਲਣਾ, ਬਿਲਕੁਲ, ਹਾਲਾਂਕਿ ਮਾਈਕ ਲੱਗਿਆ ਹੋਇਆ,
ਠੀਕ ਹੈ ਉਹ ਗਿਆ ਮੈਂ ਰਿਹਰਸਲ 'ਤੇ, ਜਦੋਂ ਰਿਹਰਸਲ ਤਾਂ ਨਹੀਂ ਸੀ, ਉਹ ਤਾਂ ਨਾਲ ਦੀ ਨਾਲ ਸਕ੍ਰਿਪਟ ਦਿੰਦੇ ਉਹਦਾ, ਯੇ ਡਾਇਲੋਗ ਹਾਂਜੀ ਬੋਲਦੇ ਬੋਲ, ਹਾਂਜੀ ਹਾਂਜੀ, ਤਾਂ ਦੋ ਤਿੰਨ ਵਾਰੀ ਮੈਂ ਬੋਲਿਆ ਅਤੇ ਉਹ ਡਾਇਰੈਕਟਰ ਮੁੜ ਕੇ ਕਹਿੰਦਾ ਜੱਗੀ ਜੀ ਹਮੇ ਮਾਲੂਮ ਹੈ ਆਪ ਬਹੁਤ ਅੱਛੇ ਐਕਟਰ ਹੈ, ਪਰ ਆਪਨੇ ਐਕਟਿੰਗ ਨਹੀਂ ਕਰਨੀ ਹੈ ਹਮੇ, ਅੱਛਾ ਜੀ, ਐਕਟਿੰਗ ਨਹੀਂ ਕਰਨੀ ਬਸ ਆਪਨੇ ਨੋਰਮਲ ਬੋਲਣਾ ਹੈ, ਬਿਲਕੁਲ ਮਤਲਬ ਇਹ ਚੀਜ਼ਾਂ ਹੁੰਦੀਆਂ ਫਿਲਮਾਂ ਦੇ ਵਿੱਚ ਆ ਕੇ ਬਹੁਤ ਫਰਕ ਪੈਂਦਾ, ਸਕਰੀਨ ਦੇ ਸਮਾਨ ਦਾ ਫਰਕ ਪੈਂਦਾ, ਅਤੇ ਕਿੰਨੇ ਕੁ ਪਲੇ ਹੁਣ ਤੱਕ ਤੁਸੀਂ ਕਰਤੇ? ਘੱਟੋ ਘੱਟ ਜੀ ਮੈਂ ਪਹਿਲਾਂ ਆਪਾਂ ਇੰਡੀਆ ਦੀ ਗੱਲ ਕਰ, ਹਾਂਜੀ ਹਾਂਜੀ, ਇੰਡੀਆ ਦੇ ਵਿੱਚ ਕਿਹੜੇ ਕਿਹੜੇ ਕੀਤੇ ਅਤੇ ਹਾਂਜੀ ਇੱਧਰਲੇ ਮੁਲਕਾਂ 'ਚ ਫਿਰ ਆਉਂਦੇ ਹਾਂ? ਇੰਡੀਆ ਦੇ ਵਿੱਚ ਗੁਰਸ਼ਰਨ ਭਾਜੀ ਦੇ ਕਰਦੇ ਰਹੇ ਨਾਟਕ, ਜਾਂ ਕੁਝ ਹਿੰਦੀ ਨਾਟਕ ਕਰਦੇ ਰਹੇ ਟਾਈਮ 'ਤੇ, ਉੱਥੋਂ ਸਾਨੂੰ ਦੇ ਦਿੰਦੇ ਸੀ ਆਹ ਹਿੰਦੀ ਨਾਟਕ ਹੈ ਕਿ ਹਿੰਦੀ ਸਕਿੱਟਾਂ ਨੇ, ਅਤੇ ਬਾਕੀ ਜਸਵਿੰਦਰ ਭੱਲੇ ਦੀਆਂ ਸਕਿੱਟਾਂ ਕਰਨੀਆਂ ਉੱਥੇ, ਜਾਂ ਤੁਹਾਡੀ ਨਕਲ ਮਾਰ ਲੈਣੀ ਕੋਈ ਉੱਥੇ ਛੋਟੇ ਛੋਟੇ ਸਕਿੱਟਾਂ, ਅਤੇ ਉਹ ਕਰਨੀ ਹੈ, ਬਾਕੀ ਉੱਥੋਂ ਸਾਨੂੰ ਹਿੰਦੀ 'ਚ ਕੋਈ ਨਾ ਕੋਈ ਮਿਲ ਜਾਂਦਾ ਵਿੱਚੋਂ ਵੀ ਹਿੰਦੀ 'ਚ ਕਾਹ ਥੋੜ੍ਹੀ ਸਕਿੱਟ ਕਰਨੀ ਹੈ ਤੁਸੀਂ, ਹੈ ਨਾ, ਵੀ ਜਿਹੜਾ ਇੱਕ ਆਰਮੀ 'ਚ ਕੀ ਪ੍ਰੋਬਲਮ ਆਉਂਦੀਆਂ ਨੇ ਉਹ ਦੱਸਣੀਆਂ ਨੇ ਤੁਸੀਂ, ਅਤੇ ਵੀ ਛੁੱਟੀ ਆਰਮੀ 'ਚ ਛੁੱਟੀ ਕਿਵੇਂ ਮਿਲਦੀ ਹੈ, ਔਖੀ ਮਿਲਦੀ ਹੈ, ਉਹ ਤੁਸੀਂ ਦੱਸਣਾ ਉਹਨਾਂ ਨੂੰ, ਅਸੀਂ ਉਹਦੇ 'ਚ ਉਹ ਸਕਿੱਟਾਂ ਕਰਨੀਆਂ ਛੋਟੀਆਂ ਛੋਟੀਆਂ, ਵੀ ਹੁਣ ਛੁੱਟੀ ਨਹੀਂ ਮਿਲਣੀ ਤੈਨੂੰ, ਘਰ ਉਡੀਕਦੇ ਨੇ, ਤੁਹਾਡਾ ਵਿਆਹ ਰੱਖਿਆ ਹੋਇਆ, ਕਿਵੇਂ ਜਾਣਾ, ਇਸ ਤਰ੍ਹਾਂ ਸਕਿੱਟਾਂ ਕਰਨੀਆਂ, ਕਿਉਂਕਿ ਆਰਮੀ 'ਚ ਪ੍ਰੋਬਲਮ ਕੀ ਆਉਂਦੀਆਂ ਨੇ, ਹਾਲਾਂਕਿ ਮੇਰਾ ਮੈਡੀਕਲ ਪ੍ਰੋਫੈਸ਼ਨ ਸੀ, ਉਹਦੇ ਵਿੱਚ ਹੌਸਪੀਟਲ 'ਚ ਜਿੰਨੇ ਸਾਡੇ ਹੁੰਦੇ ਸੀ ਨਰਸ ਹੁੰਦੀਆਂ ਡਾਕਟਰ ਹੁੰਦੇ ਸੀ, ਜਿੰਨੇ ਵੀ ਸਾਡੇ ਹੁੰਦੇ ਸੀ, ਉਹ ਆਡੀਅੰਸ ਸਾਡੀ ਉਹੀ ਹੁੰਦੀ ਸੀ ਪੂਰੀ। ਅੱਛਾ ਅੱਛਾ ਅੱਛਾ। ਉਹ ਬੜੇ ਖੁਸ਼ ਹੋਣਾ ਉਹਨਾਂ ਨੇ, ਜਾਂ ਦੂਸਰੇ ਦਿਨ ਅਸੀਂ ਡਿਪਾਰਟਮੈਂਟ ਜਾਣਾ ਫਿਜ਼ੀਕਲ ਥੈਰੇਪੀ 'ਚ, ਅਰੇ ਬਾਈ ਦਰਸ਼ਨ ਆਪ ਤੋਂ ਇਹ ਵੀ ਕੁਛ ਕਰ ਲੈਤੇ, ਹਮਾਰੇ ਕੋਲ ਪਤਾ ਨਹੀਂ ਤਾਂ ਆਪ ਜੀ, ਕਈਆਂ ਨੂੰ ਇਹ ਚੀਜ਼ ਵਿਸ਼ਵਾਸ ਨਹੀਂ ਹੁੰਦੀ ਕਿਉਂਕਿ ਪ੍ਰੋਫੈਸ਼ਨਲ ਹੋ ਜਾਂਦਾ, ਮੇਰਾ ਮੈਂ ਮਕੈਨਿਕ ਹੀ ਕਰਦਾ ਸੀ, ਬਿਲਕੁਲ ਬਿਲਕੁਲ, ਮੈਂ ਟਗੋਰ ਸੈਂਟਰ ਦੇਖਣ ਵੀ ਜਾਣਾ ਪ੍ਰੋਗਰਾਮ, ਤੇ ਲੋਕਾਂ ਨੇ ਹੈਰਾਨ ਹੋਣਾ ਯਾਰ ਤੂੰ ਕਿੱਧਰ, ਬਿਲਕੁਲ, ਮੈਂ ਕਿਹਾ ਯਾਰ ਮੈਂ ਬੰਦਾ ਨਹੀਂ, ਬਿਲਕੁਲ ਬਿਲਕੁਲ, ਸੋ ਇਸ ਤਰ੍ਹਾਂ ਇਹ ਚੀਜ਼ਾਂ ਹੋ ਜਾਂਦੀਆਂ। ਮਿਲਟਰੀ ਹਸਪਤਾਲ ਦੇਹਰਾਦੂਨ ਨਾ, ਸਾਡੇ ਕੋਈ ਜਿਹੜੇ ਕੁਆਟਰ ਬਣੇ ਹੁੰਦੇ ਸੀ ਉਹਨੇ 'ਚ ਆਏ, ਦੋ ਤਿੰਨ ਆਫਿਸਰ ਆਏ, ਕਹਿੰਦੇ ਵੀ ਇਹ ਘਰ ਕਿਹਦਾ, ਇਹ ਕਹਿੰਦੇ ਜਿਹੜਾ ਕੱਲ੍ਹ ਨਾਟਕ ਕੀਤਾ ਚਾਚਾ ਬਣਿਆ ਸੀ ਨਾ, ਇਹ ਚਾਚੇ ਦਾ ਘਰ ਆਏ। ਅੱਛਾ, ਉਹ ਵਾਈਫ ਕਹਿੰਦੀ ਤੁਹਾਨੂੰ ਚਾਚਾ ਕਦੋਂ ਕਿਹਾ, ਮੈਂ ਕਿਹਾ ਚਾਚਾ ਤਾਂ ਗਿਆ ਜਿਹੜਾ ਨਾਟਕ ਕੱਲ੍ਹ ਕੀਤਾ ਸੀ, ਮੈਂ ਚਾਚਾ ਸੀ। ਠੀਕ ਹੈ ਠੀਕ ਹੈ, ਚਲੋ ਗੱਲਾਂ ਬਾਤਾਂ ਜਾਰੀ ਰੱਖਾਂਗੇ, ਫਿਲਹਾਲ ਇੱਕ ਬ੍ਰੇਕ ਲੈਣੀ ਪਏਗੀ, ਉਮੀਦ ਕਰਦੇ ਹਾਂ ਘਰਾਂ ਵਿੱਚ ਬੈਠੇ ਦਰਸ਼ਕਾਂ ਨੂੰ ਅੱਜ ਦਾ ਪ੍ਰੋਗਰਾਮ ਵੀ ਬਹੁਤ ਪਸੰਦ ਆ ਰਿਹਾ ਹੋਏਗਾ, ਸੋ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਹਾਂ ਦੇਖਦੇ ਰਹੇ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ, ਗੱਲਬਾਤ ਚੱਲ ਰਹੀ ਹੈ ਦਰਸ਼ਨ ਸਿੰਘ ਕਹਿਲ ਸਾਹਿਬ ਥੀਏਟਰ ਦੀਆਂ ਗੱਲਾਂ ਬਾਤਾਂ ਚੱਲ ਰਹੀਆਂ, ਬੜਾ ਵਧੀਆ ਲੱਗ ਰਿਹਾ ਦਰਸ਼ਨ ਭਾਅ ਜੀ, ਬਹੁਤ ਵਧੀਆ ਲੱਗ ਰਿਹਾ, ਅਤੇ ਨਾਲ ਦੀ ਨਾਲ ਹੁਣ ਉਦੋਂ ਹੋਰ ਵਧੀਆ ਆਪਾਂ ਨੂੰ ਇਸ ਕਰਕੇ ਲੱਗਣਾ, ਹਾਲਾਂਕਿ ਗੱਲਾਂ ਬਹੁਤ ਸੀ ਪਈਆਂ, ਬਿਲਕੁਲ ਜੀ, ਪਰ ਅਸੀਂ ਸਾਡੇ ਨਾਲ ਹੁਣ ਜੁੜੇ ਨੇ ਜੀ ਬਲਜੀਵਨ ਧਾਲੀਵਾਲ ਸਾਹਿਬ, ਇਹ ਵੀ ਬਾਬੂ ਬਲਜੀਵਨ ਸਿੰਘ ਜੀ ਨੇ ਸਾਡੇ, ਬਹੁਤ ਵਧੀਆ ਆਰਟਿਸਟ ਨੇ, ਬਹੁਤ ਵਧੀਆ, ਔਰ ਕੈਲੀਫੋਰਨੀਆ ਦੇ ਵਿੱਚ ਅਕਸਰ ਤੁਸੀਂ ਇਹਨਾਂ ਨੂੰ ਨਾਟਕ ਕਰਦੇ ਦੇਖਦੇ ਹੋ, ਪਰ ਅੱਜ ਬੜਾ ਵਧੀਆ ਲੱਗ ਰਿਹਾ ਗੱਲਬਾਤ ਕਰਕੇ। ਬਲਜੀਵਨ ਜੀ ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਸਵਾਗਤ। ਸਤਿ ਸ਼੍ਰੀ ਅਕਾਲ ਜੱਗੀ ਬਾੜੀ, ਸਤਿ ਸ਼੍ਰੀ ਅਕਾਲ, ਅਤੇ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਬਲਜੀਵਨ ਧਾਲੀਵਾਲ ਵੱਲੋਂ ਸਤਿ ਸ਼੍ਰੀ ਅਕਾਲ, ਆਦਾਬ, ਨਮਸਕਾਰ। ਦਰਸ਼ਨ ਭਾਅ ਜੀ ਨੇ ਤੁਹਾਡੇ ਕੋਲ ਪੈਸੇ ਤਾਂ ਨਹੀਂ ਲੈਣੇ ਕਿਤੇ, ਇਹਨਾਂ ਦਾ ਧੰਨਵਾਦ ਨਹੀਂ ਕੀਤਾ ਬੈਠੇ ਜੇ ਕੋਲੇ? ਆਹੋ, ਸਾਡਾ ਉਧਾਰ ਚੱਲਦਾ ਜੀ, ਸਾਡੇ ਡਾਇਰੈਕਟਰ ਨੇ, ਐਕਟਰ ਨੇ, ਸਾਡੇ ਗੁਰੂ ਨੇ ਸਾਡੇ ਤੋਂ ਸਿਖਾਉਣ ਵਾਲੇ। ਬਲਜੀਵਨ ਜੀ ਹਾਂਜੀ ਸਤਿ ਸ਼੍ਰੀ ਅਕਾਲ, ਹਾਂਜੀ ਭਾਅ ਜੀ, ਤੁਸੀਂ ਬਹੁਤ ਕੰਮ ਇਕੱਠੇ ਕੀਤਾ ਭਾਅ ਜੀ ਹੁਣਾਂ ਨਾਲ, ਦਰਸ਼ਨ ਭਾਅ ਜੀ ਹੁਣਾਂ ਨਾਲ ਵੀ ਇਕੱਠੇ ਕੰਮ ਕੀਤਾ ਹੈ, ਪਹਿਲਾਂ ਇਹ ਤੁਸੀਂ ਦੱਸੋ ਵੀ ਤੁਹਾਨੂੰ ਇਹ ਸ਼ਿਕਾਇਤ ਕਦੋਂ ਦੀ ਹੈ ਥੀਏਟਰ ਦੀ? ਸ਼ਿਕਾਇਤ ਰਹਿੰਦੀ ਬਲਜੀਵਨ ਨੂੰ ਇਹਦੀ, ਕਿੰਨੀ ਉਮਰ ਸੀ? ਅੱਛਾ, ਉਦੋਂ ਮੇਰੀ ਉਮਰ ਹੋਣੀ ਜੀ, ਮੈਂ ਉਹਨੂੰ ਪੜ੍ਹਦਾ ਸੀ ਨੌਵੀਂ ਚ ਪੜ੍ਹਦਾ ਸੀ ਜੀ। ਅੱਛਾ, ਤੇ ਮੈਂ ਨਾ ਪਟਿਆਲੇ ਥੀਏਟਰ ਹੁੰਦਾ ਸੀ, ਜਦੋਂ ਡਰਾਮੇ ਹੁੰਦੇ ਸੀ ਮੈਂ ਦੇਖਣ ਜਾਂਦਾ ਸੀ, ਸਾਡੇ ਮਤਲਬ ਜਿਹੜੇ ਮੇਰੇ ਸੀਨੀਅਰ ਆਰਟ ਸੀ ਜਿਹਨਾਂ ਵਿੱਚ ਗੁਰਦਾਸ ਮਾਨ ਜੀ ਵੀ ਹੁੰਦੇ ਸੀ, ਉਦੋਂ ਥੀਏਟਰ ਕਰਦੇ ਸੀ ਇਹ। ਅੱਛਾ, ਇਹਨਾਂ ਨੂੰ ਦੇਖਣ ਜਾਣਾ, ਫਿਰ ਮਨ 'ਚ ਬੜੇ ਚਾਅ ਜਿਹਾ ਹੋਣਾ, ਯਾਰ ਮੈਂ ਵੀ ਥੀਏਟਰ ਕਰ ਸਕਦਾ, ਹੈ ਨਾ, ਜਿਵੇਂ ਇਹ ਕਰਦੇ ਮੈਂ ਵੀ ਕਰ ਸਕਦਾ, ਸ਼ਾਇਦ ਮੈਂ ਵਧੀਆ ਕਰਾਂ ਇਹਨਾਂ ਨਾਲੋਂ, ਅੱਛਾ ਐਂ ਲੱਗਦਾ ਸੀ ਮੈਨੂੰ। ਉਹ ਫਿਰ ਮੈਂ ਜਿੱਦਣ ਡਰਾਮਾ ਜੁਆਇਨ ਕੀਤਾ ਫਿਰ ਰਿਹਰਸਲ ਕਰਨ ਲੱਗਿਆ, ਉਹ ਮੇਰੇ ਸਾਰੇ ਭੁਲੇਖੇ ਨਿਕਲ ਗਏ, ਨਹੀਂ ਯਾਰ ਮੈਂ ਤਾਂ ਬਹੁਤ ਔਖੇ 'ਚ ਕੰਮ ਹੈ, ਬਲਦੇਵ ਵਾਲੀ ਆ ਜੀ, ਅੱਜ ਕੱਲ ਫਿਲਮਾਂ 'ਚ ਬੋਂਬੇ ਨੇ ਉਹ ਡਾਇਰੈਕਟਰ ਨੇ, ਹਾਂਜੀ, ਉਹਨਾਂ ਨੂੰ ਜੁਆਇਨ ਕੀਤਾ ਮੈਂ ਜੀ, ਤੇ ਫਿਰ ਹੌਲੀ ਹੌਲੀ ਕਰਦੇ ਕਰਦੇ ਫਿਰ ਜਦੋਂ ਪਹਿਲਾਂ ਸ਼ੌਕਿਆ ਕੀਤਾ ਥੀਏਟਰ, ਤੇ ਸ਼ੌਕੇ ਦੇ ਨਾਲ ਫਿਰ ਮੈਂ ਜਦੋਂ ਬਰੀਕੀ ਸਿੱਖੀ ਥੀਏਟਰ ਦੀ ਆਪਣੇ ਉਸਤਾਦ ਲੋਕਾਂ ਤੋਂ, ਪ੍ਰੋਫੈਸਰਾਂ ਤੋਂ ਜੀ, ਫਿਰ ਅਸੀਂ ਮਤਲਬ ਪ੍ਰੋਫੈਸ਼ਨ ਥੀਏਟਰ ਕੀਤਾ ਕਰਨਾ ਸ਼ੁਰੂ ਕੀਤਾ ਜੀ। ਪ੍ਰੋਫੈਸ਼ਨ ਵੀ ਕੀਤਾ ਇੰਡੀਆ 'ਚ? ਇੰਡੀਆ 'ਚ ਹਾਂਜੀ। ਕਿੰਨਾ ਕੁ ਪ੍ਰੋਫੈਸ਼ਨ ਸੀਗਾ? ਮਿਹਨਤ ਪ੍ਰੋਫੈਸ਼ਨ ਮਤਲਬ ਪਟਿਆਲੇ ਤੋਂ ਬਾਹਰ ਜਦੋਂ ਗਏ ਨਾ ਅਸੀਂ ਫਿਰ ਖਰਚਾ ਮਤਲਬ ਪ੍ਰੋਫੈਸ਼ਨ ਥੀਏਟਰ ਕਰਦੇ ਹਾਂ ਜੀ, ਜਦੋਂ ਅਸੀਂ ਹਾਂਜੀ
ਨਹੀਂ ਤਾਂ ਬਾਹਲੇ ਥੀਏਟਰ 'ਚ, ਪਰ ਨਹੀਂ ਤਾਂ ਸਾਡੇ ਪਟਿਆਲੇ ਪਟਿਆਲੇ ਦੀ ਇਹ ਤਰਾਸਦੀ ਰਹੀ ਹੈ ਕਿ ਅਸੀਂ ਸ਼ੁਰੂ ਕੀਤਾ ਸੀ ਵੀ ਚਲੋ ਅਸੀਂ ਇਹਨੂੰ ਇਸ ਤਰੀਕੇ ਨਾਲ ਪ੍ਰੋਫੈਸ਼ਨਲ ਬਣਾਈਏ ਪਟਿਆਲੇ ਨੂੰ, ਪਟਿਆਲੇ ਥੀਏਟਰ ਨੂੰ, ਪਰ ਨਹੀਂ ਬਣਾ ਸਕੇ ਅਸੀਂ। ਅੱਛਾ, ਪੱਲੋਂ ਪੈਸੇ ਲਾ ਕੇ ਥੀਏਟਰ ਕਰਦੇ ਸੀ। ਮੈਂ ਉਹੀ ਤਾਂ ਗੱਲ ਕਰਦਾ, ਸ਼ਾਬਾਸ਼ ਤਾਂ ਬਥੇਰੀ ਮਿਲ ਜਾਂਦੀ ਸੀ, ਨਾਮ ਮਿਲ ਜਾਂਦਾ ਸੀ, ਨਾਵਾਂ ਨਹੀਂ ਮਿਲਦਾ ਸੀ। ਨਾਵਾਂ ਨਹੀਂ ਮਿਲਦਾ, ਨਾਵਾਂ ਅਸੀਂ ਸਰਕਾਰ ਤੋਂ ਮਿਲਦਾ ਸੀ ਜੀ। ਅੱਛਾ, ਸਰਕਾਰ ਤੋਂ ਥੋੜ੍ਹਾ ਬਹੁਤ ਮਿਲਦਾ, ਠੀਕ ਹੈ। ਹਾਂ, ਜਦੋਂ ਨਾ 1984 'ਚ ਆਪਣੇ ਹੋਇਆ ਸੀ ਅਟੈਕ ਹੋਇਆ ਸੀ, ਉਦੋਂ ਫਿਰ ਪੂਰੇ ਪੰਜਾਬ 'ਚ ਨਾ ਉਹ ਮਤਲਬ ਸਹਿਮ ਜਿਹਾ ਫੈਲ ਗਿਆ ਸੀ ਨਾ, ਵੀ ਲੋਕੀ ਸ਼ਾਮ ਨੂੰ ਨਿਕਲਦੇ ਸੀ, ਘਰੋਂ ਨਹੀਂ ਨਿਕਲਦੇ ਹੁੰਦੇ ਸੀ। ਤਾਂ ਸਰਕਾਰ ਨੇ ਲੋਕਾਂ ਦਾ ਧਿਆਨ ਡਾਇਵਰਟ ਕਰਨ ਲਈ ਥੀਏਟਰ ਵਾਲਿਆਂ ਨੂੰ ਬੁਲਾਇਆ ਹੈ ਨਾ, ਤਾਂ ਉਹਨਾਂ ਨੇ ਸ਼ੋਅ ਦੇਣੇ ਸ਼ੁਰੂ ਕਰਤੇ, ਵੀ ਇੱਕ ਇੱਕ ਗਰੁੱਪ ਨੂੰ 25-25 ਸ਼ੋਅ, 50-50 ਸ਼ੋਅ, ਵੀ ਜਾਓ ਪਿੰਡਾਂ 'ਚ ਜਾ ਕੇ ਇੱਕ ਸ਼ੋਅ ਕਰਿਆ ਕਰੋ ਹਰ ਰੋਜ਼। ਫਿਰ ਸਾਨੂੰ ਮੈਂ ਬਹੁਤ ਸ਼ੋਅ ਕੀਤੇ ਉਹ, ਅੱਛਾ, ਮਤਲਬ 3-3 ਗਰੁੱਪਾਂ ਨਾਲ ਕੰਮ ਕੀਤਾ ਮੈਂ, 50-50 ਸ਼ੋਅ ਕੀਤੇ। ਖਾਸ ਕਰ ਮੈਂ ਬਠਿੰਡਾ ਦੇ ਪਿੰਡ ਫਰੀਦਕੋਟ ਦੇ ਫਿਰੋਜ਼ਪੁਰ ਦੇ, ਇਹਦੇ ਪੂਰਾ ਵਿਆਹ ਮੈਂ ਰੋਡੇ ਪਿੰਡ ਕੀ ਸ਼ੋਅ ਕੀਤੇ ਜੀ। ਇੱਕ ਸਾਂਝਾ ਸਵਾਲ ਆ, ਪਹਿਲਾਂ ਤੁਸੀਂ ਇਹਦਾ ਜਵਾਬ ਦਿਓਗੇ ਬਲਜੀਵਨ ਜੀ, ਫਿਰ ਦਰਸ਼ਨ ਭਾਅ ਜੀ ਜਵਾਬ ਦੇਣਗੇ। ਹਾਂਜੀ ਹਾਂਜੀ, ਸਵਾਲ ਇਹ ਹੈ ਵੀ ਅਸੀਂ ਪਾਕਿਸਤਾਨ ਦਾ ਥੀਏਟਰ ਦੇਖਦੇ ਹਾਂ, ਪਾਕਿਸਤਾਨ ਦੇ ਡਰਾਮੇ ਦੇਖਦੇ ਹਾਂ। ਹਾਂਜੀ ਹਾਂਜੀ, ਪਾਕਿਸਤਾਨ ਦੀਆਂ ਫਿਲਮਾਂ ਉਨੀਆਂ ਨਹੀਂ ਚੱਲਦੀਆਂ ਜਿੰਨੇ ਡਰਾਮੇ ਚੱਲਦੇ ਨੇ, ਜਿੰਨੇ ਡਰਾਮੇ ਦੀਆਂ 1500-1500, 2000 ਰੁਪਏ ਦੀ ਟਿਕਟ ਲੈ ਕੇ ਲੋਕ ਜਾਂਦੇ ਨੇ। ਹਾਂਜੀ, ਪੰਜਾਬ ਜਾਂ ਪੰਜਾਬੀਆਂ ਨੂੰ ਇਹ ਸਬਾਕ ਕਿਉਂ ਨਹੀਂ ਪਿਆ, ਪਹਿਲਾਂ ਤੁਸੀਂ ਦੱਸੋ ਫਿਰ ਭਾਜੀ ਦੱਸੋਗੇ। ਹਾਂਜੀ ਹਾਂਜੀ, ਅਸੀਂ ਸ਼ੁਰੂ ਕੀਤਾ ਸੀ ਵੀ ਪਟਿਆਲੇ 'ਚ ਕਰੀਏ, ਹੈ ਨਾ, ਵੀ ਲੋਕਾਂ ਨੂੰ ਵਧੀਆ ਥੀਏਟਰ ਦਿਖਾਇਆ ਹੈ ਨਾ, ਇਹ ਵੀ ਨਹੀਂ ਕਿ ਵੀ ਮਾੜੇ ਡਰਾਮੇ ਕਰਦੇ ਸੀ, ਵਧੀਆ ਸੋਚ ਹੁੰਦੀ ਸੀ, ਪਰ ਫਿਰ ਵੀ ਲੋਕ ਘੱਟ ਹੁੰਦੇ ਸੀ। ਕਾਰਨ ਕਾਰਨ ਕੀ ਲੱਗਦਾ? ਕਾਰਨ ਇਹ ਨਹੀਂ ਸਾਨੂੰ ਪਤਾ ਲੱਗਿਆ ਜੀ, ਅਸਾਂ ਪੱਲਿਓਂ ਪੈਸੇ ਲਾ ਕੇ ਦੇਖਦੇ ਥੀਏਟਰ, ਵੀ ਦੇਖੋ ਵੀ ਆਓ ਹੈ ਨਾ ਥੀਏਟਰ ਦੇਖਣ। ਕਿੱਥੇ ਕਮੀ ਹੈ, ਕੀ ਹੈ, ਕੀ ਮਤਲਬ? ਐਸਾ ਨਹੀਂ, ਇਹੀ ਨਹੀਂ ਸਾਨੂੰ ਕਮੀ ਲੱਭ ਸਕੀ ਜੀ, ਹਾਲੇ ਤੱਕ ਵੀ ਥੀਏਟਰ ਉੱਥੇ ਖੜਾ ਪਟਿਆਲੇ ਦਾ। ਦਰਸ਼ਨ ਭਾਈ ਪੁੱਛਦੇ, ਹਾਂਜੀ ਕੀ ਕੀ ਕਹਿੰਦੇ? ਬਿਲਕੁਲ ਬਲਜੀਤ ਭਾਈ ਸਹੀ ਕਹਿੰਦੇ ਨੇ, ਹੁਣ ਇੱਥੇ ਤੁਹਾਨੂੰ ਐਗਜ਼ਾਮਪਲ ਦਿੰਦਾ, ਇੱਥੇ ਵੀ ਆਪਣੇ ਵੀਰ ਜਦੋਂ ਕਰਦੇ ਹਾਂ, ਇੰਨੀ ਮਿਹਨਤ ਦੇ ਬਾਵਜੂਦ ਵੀ ਜੇ ਕਈ ਵਾਰ ਆਡੀਅੰਸ ਨਹੀਂ ਆਉਂਦੀ। ਟਿਕਟਾਂ ਹੁੰਦੀਆਂ ਕਿ ਫਰੀ? ਨਹੀਂ, ਇੱਥੇ $10 ਦੀ ਟਿਕਟ ਹੁੰਦੀ। ਅੱਛਾ, ਨਹੀਂ ਕਾਰਨ ਕੀ ਲੱਗਦਾ, ਕਿੱਥੇ ਕਮੀ ਕਿੱਥੇ ਹੈ, ਲੋਕਾਂ 'ਚ ਕਮੀ ਹੈ ਕਿ ਸਾਡੇ 'ਚ ਕਮੀ? ਅਮਰੀਕਾ 'ਚ ਤਾਂ ਟਾਈਮ, ਜਿਵੇਂ ਕੋਈ ਸਿੰਗਰ ਹੋਣਾ ਉੱਦਾਂ ਟਾਈਮ ਕੱਢ ਲੈਂਦੇ ਨੇ, ਥੀਏਟਰ ਨੂੰ ਕਾਰਨ ਹੀ। ਸਿੰਗਰਾਂ ਦੇ ਵੀ ਟਾਈਮ ਜਿਹੜਾ ਨਾ, ਸਿੰਗਰਾਂ ਦੇ ਆਪਾਂ ਟਾਈਮ ਦੀ ਗੱਲ ਕਰਦੇ ਹਾਂ, ਉਹ ਟਾਈਮ ਨਹੀਂ ਬਲਜੀਵਨ ਜੀ, ਟਾਈਮ ਕੱਢਦੇ ਨਹੀਂ, ਉਹਨਾਂ ਨੂੰ ਪੜਾਇਆ ਜਾਂਦਾ, ਕਿਉਂਕਿ ਜਿਹੜੇ ਪ੍ਰਮੋਟਰ ਹੁੰਦੇ ਨੇ ਉਹ ਉਹਨਾਂ ਨੇ 10-20 ਟਿਕਟਾਂ ਧੱਕੇ ਨਾਲ ਦੇਣੀਆਂ, ਪੈਸੇ ਲੈਣੇ ਆ ਲੋਕਾਂ ਨੂੰ, ਮਜਬੂਰੀ 'ਚ ਨਾ ਚਾਹੁੰਦੇ ਹੋਏ ਵੀ ਅਗਲੇ ਕਹਿੰਦੇ ਚੱਲ ਯਾਰ ਪੈਸੇ ਦਿੱਤੇ ਜਾ ਆਈਏ, ਅਦਰਵਾਈਜ਼ ਕੋਈ ਬਾਹਲੀ ਗੱਲ ਉੱਧਰ ਵੀ ਨਹੀਂ ਆ। ਇਹ ਥੀਏਟਰ ਦੀ ਜੇ ਗੱਲ ਕਰੀਏ ਬਲਜੀਵਨ, ਅਮਰੀਕਾ ਦੇ ਵਿੱਚ ਤੁਸੀਂ ਬੜਾ ਵਧੀਆ ਕੰਮ ਕੀਤਾ, ਤੁਸੀਂ ਇਹਨੂੰ ਕਰਦੇ ਹੋ ਗਾਹੇ ਵਗਾਹੇ, ਪੰਨੋ ਪੈਸੇ ਖਰਚ ਕੇ ਵੀ ਕਰਦੇ ਹੋ, ਅਤੇ ਅੱਗੇ ਕੀ ਸੰਭਾਵਨਾਵਾਂ, ਕੀ ਕਰਨਾ ਚਾਹੀਦਾ, ਲੋਕ ਕਿਵੇਂ ਨਾਲ ਜੁੜ ਸਕਦੇ ਆ? ਹਾਂਜੀ ਬੋਲੋ। ਬੜਾ ਗੰਭੀਰ ਵਿਸ਼ਾ ਹੈ, ਬੜਾ ਗੰਭੀਰ ਵਿਸ਼ਾ ਜੀ, ਇਹਦੇ ਤਾਂ ਮਤਲਬ ਸਾਨੂੰ ਕੰਮ ਕਰਨਾ ਪੈਣਾ, ਕਿਉਂਕਿ ਲੋਕਾਂ ਦੀ ਡਿਮਾਂਡ ਹੈਗੀ ਹੈ ਵੀ ਹੱਸੀਏ, ਹੈ ਨਾ, ਬਾਹਰਲੇ ਮੁਲਕਾਂ 'ਚ, ਅਮਰੀਕਾ ਕੈਨੇਡਾ ਜਿਵੇਂ ਬੈਠੇ ਆਪਾਂ, ਉਹ ਉਪਦੇਸ਼ ਨਹੀਂ ਹੱਸੀਏ, ਕੋਲੇ ਉਪਦੇਸ਼ ਬਾਬੇ ਬਹੁਤ ਆਈ ਜਾਂਦੇ ਤੁਸੀਂ ਕਲਾਕਾਰਾਂ ਦਾ ਕੰਮ ਸਾਬੋ ਕਲਾਕਾਰਾਂ। ਹਾਂਜੀ, ਤੇ ਹੁਣ ਅਸੀਂ ਸ਼ੁਰੂ ਕਰਨਾ ਕਾਮੇਡੀ ਜੀ, ਤੇ ਕਾਮੇਡੀ ਸ਼ੁਰੂ ਕਰੋ ਨਾ, ਕਾਮੇਡੀ ਸ਼ੁਰੂ ਕਰਨੀ ਹੈ ਜੀ, ਤਾਂ ਕਿ ਲੋਕਾਂ ਨੂੰ ਹਸਾਈਏ ਤੇ ਨਾ ਆਪਣਾ ਥੀਏਟਰ ਲੈ ਕੇ ਆਈਏ ਘਰਾਂ ਚੋਂ। ਠੀਕ ਹੈ, ਬਾਕੀ ਜੁੱਤਾਰ ਜੀ, ਲੋਕ ਲਾਈਕ ਕਰਦੇ ਜਿੰਨੇ ਆਉਂਦੇ ਆ, ਹਾਂ ਉਹਨੇ ਲਾਈਕ ਕਰਦੇ ਨੇ, ਬੱਚੇ ਪਸੰਦ ਕਰਦੇ ਨੇ, ਮੈਂ ਦੇਖਿਆ ਥੀਏਟਰ। ਦੇਖੋ ਹੁਣ ਪਿੱਛੇ ਸਿੰਘ ਸੂਰਮੇ ਕੀਤਾ ਸੀ, ਬੜੇ ਲੋਕਾਂ ਨੇ ਸਾਨੂੰ ਐਪਰੀਸ਼ੀਏਟ ਕੀਤਾ, ਬੱਚਿਆਂ ਨੇ ਬਹੁਤ, ਬਿਲਕੁਲ, ਪਹਿਲੇ ਪਤਨਾ ਰੋਲ ਖੜੀ ਕੀਤਾ ਸੀ, ਬਲਜੀਵਨ ਭਾਜੀ ਦਾ ਕਾਮੇਡੀ ਰੋਲ ਸੀ ਤੇ ਮੇਰਾ ਇਮੋਸ਼ਨਲ ਰੋਲ ਸੀ, ਇੱਕ ਫਾਦਰ ਦਾ ਰੋਲ ਸੀ, ਤੇ ਜਦੋਂ ਇਹ ਆਉਂਦੇ ਸੀ ਬਲਜੀਤ ਭਾਜੀ ਔਨ ਸਟੇਜ ਤੇ ਦੁਨੀਆਂ ਦੇਖ ਕੇ ਹੱਸ ਪੈਂਦੀ ਸੀ ਇਹਨਾਂ ਨੂੰ, ਵੀ ਭਾਜੀ ਆ ਗਏ, ਤੇ ਜਦੋਂ ਮੇਰਾ ਸੀ ਦੁਨੀਆਂ ਭਾਵਕ ਹੋ ਜਾਂਦੀ, ਸੀਰੀਅਸ ਹੋ ਜਾਂਦੀ, ਮਤਲਬ ਲਾਈਕ ਕਰਦੇ ਆ ਲੋਕ। ਅੱਛਾ, ਇਹਦੇ ਤੇ ਇੱਕ ਸਵਾਲ ਹੈ, ਕੀ ਟਾਈਟਲ ਕੀ? ਪੱਤਣਾ ਤੇ ਰੋਣ ਖੜੀਆਂ, ਪੱਤਣਾ ਤੇ ਰੋਣ ਖੜੀਆਂ। ਇਹ ਵੈਸੇ ਮੈਨੂੰ ਬਲਜੀਵਨ ਜੀ ਇਹ ਪਤਾ ਲੱਗਿਆ ਸੀ, ਮੈਂ ਕਿਤੇ ਪੜਿਆ ਸੀ ਕਿ ਪੱਤਣਾ ਤੇ ਨਹੀਂ ਹੈ, ਹਾਂ ਹਾਂ, ਪੱਥਣਾ ਤੇ ਹੈ, ਪੱਥਣਾ ਤੇ ਜਿੱਥੇ ਪਾਥੀਆਂ ਪੱਥਣ ਜਾਂਦੇ ਆ, ਵੀ ਜਿਹਨੂੰ ਕਿਸੇ ਨੂੰ ਕੋਈ ਏਦਾਂ ਉਨੀ ਕੀ ਹੁੰਦੀ ਸੀ ਪਿੰਡਾਂ ਦੇ ਵਿੱਚ, ਪੱਥਣ ਤਾਂ ਹਰ ਜਗ੍ਹਾ ਹੁੰਦੇ ਨਹੀਂ ਸੀ, ਤੇ ਉਹ ਪੱਥਣ ਤੇ ਜਾ ਕੇ ਫਿਰ ਆਪਣੇ ਦਿਲ ਦੀ ਗੁੱਬਗਲਾਟ ਕਰਦੀ ਸੀ, ਸ਼ਾਇਦ ਹੋ ਸਕਦਾ ਸੀ ਉਹ। ਇਹਦਾ ਕਾਰਨ ਇਹ ਵੀ ਸੀ, ਪੱਥਣਾ ਰੋਣ ਖੜ ਵੀ ਇੱਕ ਕੋਈ ਉਹ ਸਟੋਰੀ ਇਹੀ ਸੀ, ਪੱਥਣ ਇੱਕ ਕਿਨਾਰੇ ਤੇ ਕੁੜੀ ਚਲੀ ਜਾਂਦੀ ਆ, ਵੀ ਉਹਨੂੰ ਹੋਰ ਕੋਈ ਕਿਨਾਰਾ ਨਹੀਂ ਮਿਲਦਾ, ਸਾਰੇ ਸਾਥ ਛੱਡ ਜਾਂਦੇ ਨੇ ਉਹਦਾ, ਤੇ ਮੇਰਾ ਉਹ ਫਾਦਰ ਦਾ ਕਿਰਦਾਰ ਸੀ ਮੇਰਾ ਉਹਦਾ। ਚਲੋ ਠੀਕ ਹੈ ਜੀ ਬਲਜੀਵਨ ਜੀ, ਤੁਹਾਡੇ ਤੋਂ ਵਿਦਾ ਲੈਣੀ ਹੈ, ਕੀ ਕਹਿਣਾ ਚਾਹੁੰਦੇ ਅਖੀਰ ਦੇ ਵਿੱਚ, ਸਾਡੇ ਜਿਹੜੇ ਲੱਖਾਂ ਪੰਜਾਬੀ ਇਸ ਸਮੇਂ ਤੁਹਾਡੀ ਆਵਾਜ਼ ਸੁਣ ਰਹੇ ਨੇ, ਤੇ ਨਾਲ ਤੁਹਾਡੀ ਬੜੀ ਖੂਬਸੂਰਤ ਜੀ ਫੋਟੋ ਜਿਹੜੀ ਆ ਉਹ ਵੀ ਦੇਖ ਰਹੇ ਨੇ, ਕੀ ਕਹਿਣਾ ਚਾਹੁੰਦੇ? ਬਸ ਮੈਂ ਤਾਂ ਇਹ ਕਹਾਂਗੇ ਜੀ, ਵੀ ਅਸੀਂ ਥੀਏਟਰ ਨਾਲ ਜਿਵੇਂ ਸ਼ੁਰੂ ਤੋਂ ਕਰਦਾ, ਮੈਨੂੰ 40 ਸਾਲ ਹੋ ਗਏ ਥੀਏਟਰ ਕਰਦੇ ਨਾ, ਤੇ ਜਿੰਨੀ ਉਮਰ ਬਚੀ ਹੈ ਉਹ ਵੀ ਥੀਏਟਰ ਹੀ ਕਰਾਂਗਾ ਮੈਂ ਨਾ। ਵਾਹ, ਕੀ ਬਾਤ! ਤੇ
ਕੋਸ਼ਿਸ਼ ਕਰਾਂਗੇ ਲੋਕਾਂ ਦਾ, ਜਿਵੇਂ ਅਸੀਂ ਮਨੋਰੰਜਨ ਕਰਦੇ ਆਏ ਤੇ ਕਰਦੇ ਰਹਾਂਗੇ, ਜਿਹੜੇ ਸਮੇਂ ਬੱਚੇ ਤੁਹਾਡੇ ਕੋਲ ਉਹਦੇ ਨਾਲ ਲੋਕਾਂ ਦਾ ਮਨੋਰੰਜਨ ਕਰੀਏ, ਵਧੀਆ ਲੋਕਾਂ ਨੂੰ ਮੈਸੇਜ ਦਈਏ, ਵਧੀਆ ਸੇਧ ਦਈਏ। ਇਹ ਫਿਲਮਾਂ ਫੁਲਮਾਂ ਦੀਆਂ ਆਫਰਾਂ ਨਹੀਂ ਆਉਂਦੀਆਂ ਫਿਲਮਾਂ ਵਾਲੇ ਜਿਹੜੇ ਇੱਧਰ ਬਾਹਰ ਸ਼ੂਟਿੰਗ ਕਰਦੇ ਨੇ? ਨਹੀਂ ਜੀ, ਫਲ ਤੱਕ ਤਾਂ ਆਈ ਨਹੀਂ। ਚਲੋ ਠੀਕ ਹੈ। ਥੈਂਕ ਯੂ ਜੀ, ਥੈਂਕ ਯੂ। ਗੱਲਾਂ ਪਤਾ ਚੱਲ ਰਹੀਆਂ ਨੇ ਦਰਸ਼ਨ ਸਿੰਘ ਕਹਿਲ ਸਾਹਿਬ, ਬਲਜੀਵਨ ਧਾਲੀਵਾਲ, ਜੋ ਕਿ ਬੇਰੀ ਤਰੀਕ ਦੇ ਕੈਲੀਫੋਰਨੀਆ ਜਾਣਦੇ ਹੋਣਗੇ ਸਾਡੇ ਬਹੁਤ ਸਾਰੇ ਦਰਸ਼ਕ। ਥੀਏਟਰ ਨੂੰ ਸਮਰਪਿਤ ਨੇ, ਇਹੋ ਕਹਿ ਲਈਏ ਜਨੂੰਨ ਥੀਏਟਰ ਨੂੰ, ਜਦੋਂ ਘਰ ਫੂਕ ਕੇ ਕਹਿੰਦੇ ਅਸੀਂ ਤਮਾਸ਼ਾ ਦੇਖਣਾ, ਉੱਥੋਂ ਤੱਕ ਚਲੇ ਜਾਂਦੇ ਨੇ, ਪੱਲਿਓਂ ਪੈਸੇ ਖਰਚ ਕੇ ਕਿਸੇ ਨੂੰ ਦੇਣੇ ਪੈਂਦੇ ਉਹ ਵੀ ਦਿੰਦੇ ਨੇ, ਬੜੇ ਵਧੀਆ ਸੋਰੀ ਲੋਕ ਨੇ। ਸੋ ਸਾਨੂੰ ਸਾਡਾ ਫਰਜ਼ ਬਣਦਾ ਅਸੀਂ ਇਹਨਾਂ ਦਾ ਸਾਥ ਦੇਈਏ, ਜਿਸ ਤਰ੍ਹਾਂ ਦਾ ਸਾਥ ਦੇ ਸਕਦੇ ਹਾਂ। ਮੈਂ ਜਿਹੜਾ ਸਾਥ ਦੇ ਸਕਦਾ, ਮੈਂ ਇਹ ਦੇ ਸਕਦਾ ਸੀ ਕਿ ਮੈਂ ਤੁਹਾਡੇ ਰੂਬਰੂ ਇਹਨਾਂ ਨੂੰ ਕਰਤਾ, ਤੁਸੀਂ ਸਾਥ ਦੇ ਸਕਦੇ ਹੋ, ਜਿੱਥੇ ਪਲੇ ਹੋਵੇ ਉੱਥੇ ਵੱਧ ਤੋਂ ਵੱਧ ਹੈਲਪ ਕਰੀਏ, ਅਤੇ ਵੱਧ ਤੋਂ ਵੱਧ ਜਾ ਕੇ ਲੋਕ ਪੈਸੇ ਧੇਲੇ ਪੱਖੋਂ ਨਹੀਂ ਤਾਂ ਘੱਟੋ ਘੱਟ ਦੇਖਣ ਜਾ ਕੇ, ਅਤੇ ਉਹ ਹੌਸਲਾ ਅਫਜ਼ਾਈ ਜਿਹੜੀ ਉਹ ਜ਼ਰੂਰ ਕਰੀਏ। ਫਿਲਹਾਲ ਵੇਖ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਗੱਲਾਂ ਬਾਤਾਂ ਕਰਾਂਗੇ। ਦਰਸ਼ਨ ਸਿੰਘ ਕਹਿਲ ਸਾਹਿਬ ਨਾਲ ਦੇਖਦੇ ਰਹੋ ਜਸ ਪੰਜਾਬੀ। ਬ੍ਰੇਕ ਤੋਂ ਬਾਅਦ ਹਾਜ਼ਰ ਹਾਂ ਜੀ। ਔਰ ਟਾਈਮ ਦਾ ਬਿਲਕੁਲ ਪਤਾ ਨਹੀਂ ਲੱਗਿਆ ਦਰਸ਼ਨ ਭਾਅ ਜੀ ਆਪਾਂ ਨੂੰ, ਔਰ ਟਾਈਮ ਭੱਜਿਆ ਜਾਂਦਾ। ਮੈਨੂੰ ਇਹ ਲੱਗਦਾ ਸੀ ਜਿਵੇਂ ਤੁਸੀਂ ਸ਼ੁਰੂ ਕਰਨ ਤੋਂ ਪ੍ਰੋਗਰਾਮ ਪਹਿਲਾਂ ਕਹਿ ਰਹੇ ਸੀ ਵੀ ਕੀ ਗੱਲਾਂ ਕਰਾਂਗੇ। ਬਿਲਕੁਲ, ਔਰ ਗੱਲਾਂ ਹਜੇ ਆਪਾਂ ਇਉਂ ਕਹੀਏ, ਆਪਾਂ ਤਾਂ ਹਜੇ ਪੂਣੀ ਕੱਤੀ ਹੈ। ਬਿਲਕੁਲ ਬਿਲਕੁਲ, ਗੱਲਾਂ ਬਿਲਕੁਲ ਢਿੱਡ ਭਰਿਆ ਪਿਆ, ਅੱਜ ਤਾਂ ਖਾਲੀ ਕਰਨੀ ਸੀ, ਇੰਨਾ ਕੁ ਥੀਏਟਰ ਬਾਰੇ ਗੱਲਾਂ ਕਰਨ ਨੂੰ ਦਿਲ ਕਰ। ਬਿਲਕੁਲ ਬਿਲਕੁਲ ਜੀ। ਸੋ ਤੁਸੀਂ ਹੁਣ ਜਿਹੜਾ ਕਰਦੇ ਹੋ, ਇੱਥੇ ਦੀ ਗੱਲ ਕਰੀਏ, ਥੋੜ੍ਹੀ ਬਹੁਤ ਅਰਨਿੰਗ ਹੁੰਦੀ ਕਿ ਨਹੀਂ ਹੁੰਦੀ? ਨਾ ਜੀ, ਇੱਥੇ ਤਾਂ ਲਗਭਗ ਇਹ ਹੈ ਸ਼ੌਕ ਹੈ। ਸ਼ੌਕ ਜਗਤਾਰ ਭਾਈ ਦੋ ਹੀ ਨੇ, ਇੱਕ ਹਾਕੀ ਤੇ ਇੱਕ ਥੀਏਟਰ। ਅੱਛਾ, ਹਾਕੀ ਦਾ ਵੀ ਹੈਗਾ? ਹਾਕੀ ਦਾ ਵੀ। ਦੋ ਹੀ ਸ਼ੌਕ ਨੇ ਇਹ, ਬੱਚੇ ਨੂੰ ਮੈਂ ਕਹਿਣਾ ਉਹਨਾਂ ਬੜੇਪੇ ਵੇਲੇ ਮੇਰੇ ਦੋ ਸ਼ੌਕ ਨਾ ਖੋਹਿਓ, ਹੋਰ ਜੋ ਮਰਜ਼ੀ ਕਰ ਲਿਓ। ਵਾਹ ਜੀ ਵਾਹ। ਹਾਂ, ਇੱਕ ਹਾਕੀ ਤੇ ਇੱਕ ਹੈ, ਦੋ ਹੀ ਸ਼ੌਕ ਨੇ ਥੀਏਟਰ ਦਾ। ਹੁਣ ਤਾਂ ਇਹ ਹੈ ਵੀ ਹਰ ਸਾਲ ਹਰ 6 ਮਹੀਨਿਆਂ ਬਾਅਦ ਨਵਾਂ ਨਾਟਕ ਕਰੀਏ, ਮਿਹਨਤ ਕਰੀਏ, ਅਤੇ ਬਸ ਟਾਈਮ। ਪਰ ਇਹ ਸਿਆਣੇ ਕਹਿੰਦੇ ਵੀ ਸ਼ੌਕ ਜਿਹੜਾ, ਫਿਰ ਸ਼ੌਕ ਕਈ ਵਾਰੀ ਮਜਬੂਰੀਆਂ ਥੱਲੇ ਦੱਬ ਜਾਂਦਾ, ਕਿਤੇ ਇੱਧਰ ਵੀ ਇਹ, ਕਿਉਂਕਿ ਕੰਮ ਕਰਨਾ ਪੈਣਾ, ਕੰਮ ਤੋਂ ਬਿਨਾਂ ਗੁਜ਼ਾਰਾ ਹੈ ਨਹੀਂ। ਬਿਲਕੁਲ। ਅਤੇ ਕੰਮਾਂ ਕਾਰਜ ਹੋ ਸਕਦਾ ਆਉਣ ਵਾਲੇ ਸਮੇਂ 'ਚ, ਫਿਰ ਇੰਟਰਸਟ ਤੁਹਾਡਾ ਘੱਟ ਜੇ, ਪਰ ਲੱਗਦਾ ਨਹੀਂ ਇੰਨੀ ਦੇਰ ਇੰਟਰਸਟ ਨਹੀਂ ਘਟਿਆ ਤਾਂ ਹੁਣ ਵੀ ਨਹੀਂ? ਨਹੀਂ, ਜੇ ਘਟਣਾ ਸੀ ਹੁਣ ਘੱਟ ਜਾਂਦਾ, ਕਿਉਂ ਬੱਚੇ ਛੋਟੇ ਸੀ, ਹੁਣ ਬੱਚੇ ਬਰਾਬਰ ਦੇ ਹੋ ਗਏ, ਅਤੇ ਕਮਾਉਣ ਲੱਗੇ। ਹੁਣ ਮੈਨੂੰ ਇਹ ਲੱਗਦਾ ਵੀ ਜ਼ਿੰਦਗੀ ਦੇ ਲਾਸਟ ਤੱਕ ਥੀਏਟਰ ਚੱਲੂਗਾ। ਵਾਹ ਜੀ ਵਾਹ। ਅਤੇ ਉੱਦਾਂ ਜੇ ਅਸੀਂ ਕਿਸੇ ਐਕਟਰ ਦੀ ਗੱਲ ਕਰੀਏ, ਤੁਹਾਨੂੰ ਫਿਲਮਾਂ ਦੇ ਵਿੱਚ ਜਾਂ ਵੈਸੇ ਥੀਏਟਰ ਦਾ ਕੋਈ ਐਕਟਰ ਬਹੁਤ ਵਧੀਆ ਲੱਗਦਾ ਹੋਵੇ, ਜਿਹਨੂੰ ਤੁਸੀਂ ਫੋਲੋ ਕਰਦੇ ਹੋ? ਇਹ 'ਚ ਗੁਰਪ੍ਰੀਤ ਘੁੱਗੀ ਭਾਅ ਜੀ ਬਹੁਤ ਵਧੀਆ ਲੱਗਦੇ ਨੇ। ਉਹ ਤਾਂ ਕਾਮੇਡੀ 'ਚ ਹੋ ਗਏ ਫਿਰ। ਅਸੀਂ ਵੈਸੇ ਗੁਰਪ੍ਰੀਤ ਘੁੱਗੀ ਜਿਹੜਾ ਐਕਟਰ ਹੈ, ਬਿਲਕੁਲ ਜਿਵੇਂ ਉਹਨੇ ਅਰਦਾਸ ਦੇ ਵਿੱਚ ਰੋਲ ਕੀਤਾ, ਮੇਰੇ ਜਾਂ ਉਸ ਤੋਂ ਪਹਿਲਾਂ ਲੋਰੀ ਦੇ ਵਿੱਚ, ਸੀਰੀਅਲਾਂ ਦੇ ਵਿੱਚ ਕੀਤਾ ਕੰਮ। ਹਾਂਜੀ ਹਾਂਜੀ, ਕਮਾਲ ਦਾ ਐਕਟਰ ਭਾਅ ਜੀ। ਅਰਦਾਸ ਦਾ ਫਿਲਮ ਦੇਖਦਾ ਨਾ, ਉਹ ਕਈ ਵਾਰ ਉਹੀ ਡਾਇਲੋਗ ਉਸ ਤਰ੍ਹਾਂ ਇਮੋਸ਼ਨਲ ਹੋ ਕੇ ਮੈਂ ਆਪਣੇ ਆਪ ਨੂੰ ਦੇਖਣ ਲੱਗ ਜਾਂਦਾ ਵੀ ਹਾਂ, ਆਹ ਗੁਰਪ੍ਰੀਤ ਘੁੱਗੀ ਭਾਅ ਜੀ ਦਾ। ਅਤੇ ਬਾਕੀ ਹੋਰ ਥੀਏਟਰ ਦੇ ਵਿੱਚ ਤਾਂ ਵਧੀਆ ਵਧੀਆ ਬੈਠੇ ਨੇ, ਪਰ ਇੱਕ ਸ਼ੌਕ ਹੈ ਵੀ ਜਿਹੜੇ ਖਾਸ ਕਰ ਘੁੱਗੀ ਭਾਅ ਜੀ ਵੀ ਥੀਏਟਰ ਤੋਂ ਗਏ ਨੇ ਬਹੁਤ, ਥੀਏਟਰ ਦੇ ਬੰਦੇ ਵੈਸੇ ਹੀ ਪਰਖ ਹੁੰਦੇ। ਹੁਣ ਪੋਪੀ ਭਾਅ ਜੀ ਨੇ ਇੱਥੇ ਬੇਰੀ 'ਚ ਬਹੁਤ ਘੁੱਗੀ ਭਾਅ ਜੀ ਨਾਲ ਕੰਮ ਕੀਤਾ ਉਹਨਾਂ ਨੇ, ਵਾਕਈ ਥੀਏਟਰ ਦੇ ਬੰਦੇ ਨੂੰ ਪਤਾ ਹੁੰਦਾ ਥੀਏਟਰ ਪੈਂਦੀ ਹੈ। ਔਰ ਅਸੀਂ ਅਗਰ ਫਿਲਮਾਂ ਦੀ ਗੱਲ ਕਰੀਏ, ਫਿਲਮਾਂ ਦੇ ਵਿੱਚੋਂ ਵੀ ਐਕਸਪ੍ਰੈਸ਼ਨ ਤੋਂ ਇੱਕ ਤੋਂ ਪਤਾ ਲੱਗ ਜਾਂਦਾ ਵੀ ਥੀਏਟਰ ਕੀਤਾ, ਇਸ ਐਕਟਰ ਨੇ ਥੀਏਟਰ ਕੀਤਾ। ਬਿਲਕੁਲ, ਐਕਟਰ ਸਿੱਧਾ ਹੀਰੋ ਆਇਆ। ਬਿਲਕੁਲ ਬਿਲਕੁਲ ਬਿਲਕੁਲ। ਔਰ ਅਸੀਂ ਜੇ ਨਸੀਰੁਦੀਨ ਸ਼ਾਹ ਕਰੀਏ, ਨਾਨਾ ਪਾਟੇਕਰ ਵਗੈਰਾ ਦੇ ਪਾਠ ਕਰ, ਬਿਲਕੁਲ ਥੀਏਟਰ ਦੇ ਬੰਦੇ ਵੈਸੇ ਪਤਾ ਲੱਗ ਜਾਂਦਾ। ਬਸ ਹੁਣ ਤਾਂ ਖਾਸ ਇਹੀ ਆ ਵੀ ਆਖਰੀ ਜਦੋਂ ਵੀ ਬੁਢੇਪਾ ਆਵੇ, ਗੁਰਸ਼ਰਨ ਭਾਅ ਜੀ ਵਾਂਗੂ ਚਿੱਟੀ ਦਾੜੀ ਲੈ ਕੇ ਵੇ ਥੀਏਟਰ ਹੀ ਕਰੀਏ। ਪਰ ਉਹਨਾਂ ਨੇ ਵੀ ਬਹੁਤ ਕੰਮ ਕੀਤਾ, ਬਹੁਤ ਸਾਰੀ ਜ਼ਿੰਦਗੀ ਕੀਤਾ, ਸਾਰੀ ਜ਼ਿੰਦਗੀ ਉਹਨਾਂ ਨੇ ਆਪਣੀ ਥੀਏਟਰ ਤੇ ਲਾਤੀ, ਲੋਕਾਂ ਨੂੰ ਸਮਝਾਉਣ ਤੇ। ਬਿਲਕੁਲ 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 ਬਿਲਕੁਲ। ਜਦੋਂ ਹੁੰਦੇ ਗੁੱਸੇ ਵੀ ਹੁੰਦੇ ਸੀ ਉਹ, ਤੇ ਇੱਕ ਅੰਮ੍ਰਿਤਸਰ ਦੀ ਉਹਨਾਂ ਦੀ ਮਾਝੇ ਦੀ ਭਾਸ਼ਾ ਸੀ ਥੋੜੀ ਉਸ ਤਰ੍ਹਾਂ ਦੀ, ਗੁੱਸੇ ਹੁੰਦੇ ਸੀ ਨਾਟਕ ਦੇ ਵਿੱਚ ਜਦੋਂ ਬਾਬਾ ਬੋਲਦਾ ਹੈ, 84 ਤੇ ਕੀਤਾ ਸੀ ਉਹ, ਅਸੀਂ ਕਈ ਥਾਂ ਤੇ ਕੀਤਾ, ਜਿਵੇਂ ਨਵਾਂ ਜਨਮ ਕਈ ਥਾਂ ਤੇ ਕੀਤਾ। ਗੁਰਸ਼ਰਨ ਭਾਈ ਦੇ ਨਾਟਕ ਕਾਫੀ ਕੀਤੇ ਇਹਨਾਂ ਦੇ। ਅਤੇ ਕੀ ਉਮੀਦ ਕਰਦੇ ਆ ਸਾਡੇ ਲੋਕ ਜਿਹੜੇ ਦਰਸ਼ਕ ਹੈਗੇ ਨੇ ਜਾਂ ਕੋਈ ਗੱਲਬਾਤ ਕਰਨ ਵਾਸਤੇ, ਵੀ ਕਿਵੇਂ ਅਸੀਂ ਥੀਏਟਰ ਨੂੰ ਜਿੰਦਾ ਰੱਖ ਸਕਦੇ? ਫਿਲਹਾਲ ਤਾਂ ਇਹੀ ਪੁਜੀਸ਼ਨ ਆ ਵੀ ਜਿੰਦਾ ਰੱਖ ਸਕੀਏ, ਪ੍ਰਮੋਟ ਕਰਨਾ ਤਾਂ ਹਜੇ ਫਿਰ ਬਾਅਦ ਦੀ ਗੱਲ ਹੈ। ਜਿੰਦਾ ਰੱਖਣ ਵਾਸਤੇ ਸਾਡੇ ਦਰਸ਼ਕਾਂ ਤੋਂ ਕੀ ਉਮੀਦ ਕਰ? ਨਹੀਂ ਭਾਅ ਜੀ, ਇੰਨਾ ਵੀ ਨਹੀਂ ਹੈ ਭਾਅ ਜੀ। ਦੇਖੋ, ਇੱਥੋਂ ਤੋਂ ਜਦੋਂ ਵੀ ਆਪਾਂ ਕੋਈ ਪਲੇਅ ਕਰਦੇ ਹਾਂ, ਇਹਨਾਂ ਨੂੰ ਥੀਏਟਰ ਫੁੱਲ ਹੁੰਦੇ ਨੇ। ਅੱਛਾ, ਬਿਲਕੁਲ ਇਹ ਵੀ ਨਹੀਂ ਹੈ ਵੀ ਆਡੀਅੰਸ ਨਹੀਂ ਹੈ, ਜਿਹੜੀ ਥੋੜ੍ਹੀ ਮਿਹਨਤ ਕਰਨੀ ਪੈਂਦੀ ਹੈ
ਬਈ ਇਹ ਨਹੀਂ ਹੈ ਔਡੀ ਜਿੰਨੇ ਵੀ ਪਲੇ ਕੀਤੇ ਨੇ ਕਦੇ ਇਹ ਕਦੇ ਵੀ ਨਹੀਂ ਹੋਇਆ ਵੀ 300 ਤੇ 400 ਤੋਂ ਔਡੀਅੰਸ ਘੱਟ ਹੀ ਹੋਵੇ ਜੀ ਜਿਵੇਂ ਇਸ ਤਰ੍ਹਾਂ ਛੱਬੋ ਕੋਲ 1400 ਸਟ੍ਰੈਂਥ ਆ ਪਤਨਾ ਰੋਣ ਖੜੀ ਦਾ ਫੁੱਲ ਸੀ ਉਹ ਹੈ ਨਾ ਗੁਰੂ ਮਾਨਿਓ ਗ੍ਰੰਥ ਫੁੱਲ ਚੱਲਦਾ ਸੀ ਇਹ ਜਿੰਨੇ ਵੀ ਨਾਟਕ ਕੀਤੇ ਨੇ ਇੱਥੇ ਸਰਦਲ ਦੇ ਆਰ ਪਾਰ ਸਾਰੇ ਹਾਊਸਫੁੱਲ ਰਹੇ ਨੇ ਉਹਦੇ ਪਰ ਇਹਦੀ ਪ੍ਰੋਬਲਮ ਇਹੀ ਹੈ ਨਾ ਸਭ ਤੋਂ ਵੱਡੀ ਕਾਫੀ ਕਹਿਣਾ ਪੈਂਦਾ ਜਾ ਕੇ ਨਹੀਂ ਕਹਿਣ ਤੋਂ ਇਲਾਵਾ ਸਭ ਤੋਂ ਵੱਡੀ ਤਰਾਸ ਦੀ ਸਾਡੀ ਇਹ ਹੈ ਕਿ ਤੁਸੀਂ ਬਾਹਰ ਨਹੀਂ ਜਾ ਸਕਦੇ ਬਿਲਕੁਲ 5 ਦਿਨ ਕੰਮ ਕਰਨਾ ਸੈਟਰਡੇ ਸੰਡੇ ਤੁਸੀਂ ਅਗਰ ਬਾਹਰ ਜਾਂਦੇ ਹੋ ਤਾਂ ਕੰਮ ਨਹੀਂ ਕਰ ਸਕਦੇ ਮੇਰੀ ਵੱਡੀ ਪ੍ਰੋਬਲਮ ਹੈ ਹੁਣ ਦੇਖੋ ਖਾਸ ਕਰ ਜਿਹੜੇ ਇਸ ਤਰ੍ਹਾਂ ਨੇ ਉਹ ਕਰ ਸਕਦੇ ਨੇ ਹੁਣ ਪਿੱਛੇ ਕੈਨੇਡਾ ਜਾ ਕੇ ਆਇਆ ਮੈਂ ਇਹ ਮਹਾਰਾਣੀ ਜਿੰਦਾ ਨਾਟਕ ਹੋਇਆ ਸੀ ਸੁਰਿੰਦਰ ਸਿੰਘ ਧਨੋਆ ਭਾਅ ਜੀ ਨੇ ਕਿਹਾ ਵੀ ਦਰਸ਼ਨ ਤੁਹਾਨੂੰ ਹੈਲਪ ਦੀ ਜ਼ਰੂਰਤ ਹੈ ਤਾਂ ਠੀਕ ਹੈ ਅਤੇ ਉਸ ਵਿੱਚ ਮੈਂ ਕੰਮ ਤੋਂ ਛੁੱਟੀਆਂ ਲਈਆਂ ਹੈ ਨਾ ਆਪਦਾ ਟਾਈਮ ਵੀ ਕਿਹੜੇ ਰਿਹਰਸਲਾਂ ਵੀ ਕੀਤੀਆਂ ਜੀ ਅਤੇ ਕੋਈ ਕਮਾਈ ਦਾ ਸਾਧਨ ਨਹੀਂ ਹੈ ਬਿਲਕੁਲ ਬਸ ਇੱਕ ਸ਼ੌਕ ਹੈ ਇਹ ਹੁਣ ਯੂਰਪ ਕਹਿੰਦੇ ਸੀ ਯੂਰਪ ਮੈਂ ਕਿਹਾ ਵੀ ਮੈਂ ਮੇਰੀ ਪ੍ਰੋਬਲਮ ਹੈ ਇਹ ਮੈਂ ਕੈਲੀਫੋਰਨੀਆ 'ਚ ਵੀਕਐਂਡ 'ਤੇ ਕਰ ਸਕਦਾ ਬਾਹਰ ਜਾਣਾ ਔਖਾ ਇਹ ਸਭ ਤੋਂ ਵੱਡੀ ਪ੍ਰੋਬਲਮ ਹੈਗੀ ਆ ਚਲੋ ਖੈਰ ਗੱਲਾਂ ਬਾਤਾਂ ਜਿਹੜੀਆਂ ਹੈਗੀਆਂ ਉਹ ਚੱਲ ਰਹੀਆਂ ਸੀਗੀਆਂ ਹੁਣ ਤਾਂ ਸੀਗੀਆਂ ਹੀ ਕਹਾਂਗੇ ਕਿਉਂਕਿ ਪ੍ਰੋਗਰਾਮ ਦਾ ਸਮਾਂ ਖਤਮ ਹੋ ਗਿਆ ਬਹੁਤ ਵਧੀਆ ਗੱਲਾਂ ਬਾਤਾਂ ਇਹਨਾਂ ਨਾਲ ਹੋਈਆਂ ਪਰ ਜੇ ਗੱਲ ਕਰੀਏ ਤਾਂ ਥੀਏਟਰ ਦੀ ਫਿਰ ਜ਼ਰੂਰ ਸਾਨੂੰ ਸਾਥ ਦੇਣਾ ਚਾਹੀਦਾ ਪ੍ਰੋਗਰਾਮ ਅੱਜ ਦਾ ਤੁਹਾਨੂੰ ਕਿਹੋ ਜਿਹਾ ਲੱਗਿਆ ਈਮੇਲ ਕਰ ਸਕਦੇ ਹੋ jaggi@justbroadcasting.com ਜਾਂ ਫਿਰ info@justbroadcasting.com ਇਸ ਤੋਂ ਇਲਾਵਾ ਫੇਸਬੁੱਕ ਟਵਿੱਟਰ ਜਾਂ ਫਿਰ ਮੇਰਾ ਸੈੱਲ ਨੰਬਰ ਤੁਹਾਡੇ ਕੋਲ ਹੈਗਾ 209-450-3362 'ਤੇ ਵੀ ਕਾਲ ਕਰਕੇ ਗੱਲਬਾਤ ਕਰ ਸਕਦੇ ਹੋ ਅਖੀਰ ਦੇ ਵਿੱਚ ਤੁਹਾਡਾ ਘਰਾਂ ਵਿੱਚ ਬੈਠੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਅਤੇ ਦਰਸ਼ਨ ਭਾਅ ਜੀ ਤੁਹਾਡਾ ਬਹੁਤ ਬਹੁਤ ਜਿਦਾਰ ਭਾਅ ਜੀ ਤੁਹਾਡਾ ਅਤੇ ਜਸ ਪੰਜਾਬੀ ਟੀਵੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ